जस्ट भी देख रहे हो, मैं केपी सिंह टू द पॉइंट विद साहब का स्वागत करता। कैप्टन अमरिंदर सिंह की सरकार के 4 साल पूरे हो चुके हैं, 4 सालों में कैप्टन अमरिंदर सिंह की सरकार ने की किया इस बारे रिपोर्ट कार्ड मंगया जा रहा। विरोधी सवाल चुकते पे है, तो इस तो पहला जो पंजाब दे विच नारा बुलंद किया गया कि चाहता है पंजाब कैप्टन की सरकार, तो उस नारे तो बाद कांग्रेस हुण फिर दोबारा कहन लग पई है कि मुड़ कैप्टन अमरिंदर सिंह की सरकार आऊगी। पर इस विचाले विरोधी यह सवाल पूछ रहे हैं, तो आम लोग भी यह सवाल पूछ रहे हैं कैप्टन के 9-31 एजेंडे के प्रोग्राम है जो जमीन से उतरे, बहुत सारे सवाल है। असं एक सवाल पूछांगे, कैप्टन सरकार के 4 साल पंजाब अगे हुण किहड़े सवाल? ਵੱਡਾ ਸਵਾਲ ਜਿਹੜਾ ਅਸੀਂ ਕਹਿ ਰਹੇ ਸੀਗੇ, ਵੱਡਾ ਸਵਾਲ ਅਸੀਂ ਇਹ ਪੁੱਛਾਂ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਕੈਪਟਨ ਤੋਂ ਪਾਰਟੀ ਪੰਜਾਬੀ ਅਤੇ ਵਿਰੋਧੀ ਰਾਜਨੀਤੀ ਕਿੰਨੀ ਸੰਤੁਸ਼ਟ ਹੈ? ਇਹ ਸਾਰਾ ਸਵਾਲ ਅਸੀਂ ਕਰਾਂਗੇ। ਅਤੇ ਪਹਿਲਾਂ ਸਾਡੇ ਨਾਲ ਮੌਜੂਦ ਹੈ, ਉਹਨਾਂ ਤੁਹਾਡਾ ਤਾਰੁਫ ਕਰਾ ਰਹੇ, ਪ੍ਰੋਫੈਸਰ ਮਨਜੀਤ ਸਿੰਘ ਪੋਲੀਟਿਕਲ ਐਨਲਿਸਟ ਨੇ, ਰਾਣਾ ਬਲਜੀਤ ਸਿੰਘ ਚਹਿਲ ਕਾਂਗਰਸ ਦੇ ਬੁਲਾ ਰਹੇ ਆ, ਨਰਿੰਦਰ ਸਿੰਘ ਟਵਾਨਾ ਆਮ ਆਦਮੀ ਪਾਰਟੀ ਦੇ ਬੁਲਾ ਰਹੇ, ਅਰਜੀਤ ਸਿੰਘ ਕਲੇਰ ਸ਼੍ਰੋਮਣੀ ਕਲ ਦੇ ਬੁਲਾ ਰਹੇ ਆ, ਸਾਰੇ ਮਹਿਮਾਨਾਂ ਦਾ ਬਹੁਤ ਸਵਾਗਤ ਕਰਦੇ ਆ ਸਰ। ਰਾਣਾ ਬਲਜੀਤ ਸਿੰਘ ਚਹਿਲ, ਪਹਿਲਾ ਸਵਾਲ ਤੁਹਾਨੂੰ ਹੀ ਕਰਦਾ। ਰਾਣਾ ਬਲਜੀਤ ਸਿੰਘ ਚਹਿਲ, ਕੈਪਟਨ ਅਮਰਿੰਦਰ ਸਿੰਘ ਦਾ 9-31 ਏਜੰਡਾ ਸੀਗਾ, 9 ਦੇ ਵਿੱਚੋਂ ਕਿੰਨੇ ਏਜੰਡੇ ਜ਼ਮੀਨ ਤੇ ਉਤਰ ਗਏ ਸਰ, ਫਿਗਰ ਦੱਸ ਦਿਓ। ਕੇਪੀ ਸਾਹਿਬ, ਪਹਿਲਾਂ ਤਾਂ ਸਭ ਤੋਂ ਪਿਛਲੀ ਵਾਰੀ ਨਾਰਾ ਸੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਇਸ ਵਾਰੀ ਨਾਰਾ ਹੈ ਕਿ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਦੂਜੀ ਵਾਰ। ਸੋ ਜਿਸ ਤਰ੍ਹਾਂ ਪਿਛਲੇ 10 ਸਾਲਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਸਰਕਾਰ ਦੀ ਕਾਰਜਕਾਰੀ ਰਹੀ, ਜਿਸ ਤਰ੍ਹਾਂ ਪੰਜਾਬ 10 ਸਾਲਾਂ ਦੇ ਥੱਲੇ ਆਉਂਦਾ ਗਿਆ, ਅਕਾਲੀ ਦਲ ਉੱਪਰ ਜਾਂਦਾ ਰਹਿ ਗਿਆ, ਇਹਨਾਂ ਦੀਆਂ ਪ੍ਰਾਪਰਟੀਆਂ ਬਣੀਆਂ, ਪੰਜਾਬ ਨੂੰ ਕਰਜ਼ਾਊ ਹੋਣ ਦੇ ਬਾਵਜੂਦ ਜਦੋਂ ਕੈਪਟਨ ਸਰਕਾਰ ਪਾਵਰ ਦੇ ਵਿੱਚ ਚਾਹੀ, ਕੈਪਟਨ ਸਰਕਾਰ ਨੇ ਆਪਦੇ ਰਿਸੋਰਸਿਸ ਦੇ ਨਾਲ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਸੀ, ਸਭ ਤੋਂ ਵੱਡਾ ਵਾਅਦਾ ਸੀ ਕਰਜ਼ਾ ਕੁਰਕੀ, ਉਹਨੂੰ ਸ਼ੁਰੂ ਕੀਤਾ ਅਲੱਗ ਅਲੱਗ ਪੜਾਵਾਂ ਦੇ ਵਿੱਚ। ਉਸ ਤੋਂ ਬਾਅਦ ਸੀਗੀ ਘਰ ਘਰ ਰੁਜ਼ਗਾਰ ਦੀ ਗੱਲ, ਤੇ ਜਿਹੜੀ ਸਭ ਤੋਂ ਵੱਡੀ ਲੋਕਾਂ ਦੇ ਦਿਲਾਂ ਦੀ ਇੱਕ ਜਿਹੜੀ ਚੀਜ਼ ਸੀਗੀ, ਉਹ ਸੀਗੀ ਬਹਿਬਲ ਕਲਾਂ ਦੇ ਵਿੱਚ ਜੋ ਗੋਲੀਕਾਂਡ ਹੋਇਆ ਜਾਂ ਬੇਅਦਬੀ ਹੋਈ, ਉਹਨਾਂ ਦੋਸ਼ੀਆਂ ਨੂੰ ਸਾਹਮਣੇ ਲਿਆਉਣਾ। ਸੋ ਉਹਨਾਂ ਵਾਅਦਿਆਂ ਦੇ ਵਿੱਚ ਤਕਰੀਬਨ 85% ਵਾਅਦੇ ਸਰਕਾਰ ਪੂਰੇ ਕਰ ਚੁੱਕੀ ਹੈ, ਰਹਿੰਦੇ 15% ਜੋ ਆ ਰਹਿੰਦੀ ਟਨਿਓਰ ਦੇ ਪੂਰੇ ਕੀਤੇ ਜਾਣ। ਠੀਕ ਹੈ ਰਾਣਾ ਬਲਜੀਤ ਸਿੰਘ ਚਹਿਲ, ਰਾਣਾ ਬਲਜੀਤ ਸਿੰਘ ਚਹਿਲ, ਜਦੋਂ ਇੱਥੇ ਕਾਂਗਰਸ ਦੇ ਬੁਲਾ ਰਹੇ ਸਾਡੇ ਨਾਲ ਡਿਬੇਟ ਵਿੱਚ ਬਹਿੰਦੇ ਸੀਗੇ, ਪਹਿਲੇ ਸਾਲ ਤੱਕ ਸਾਨੂੰ ਇਹ ਲੱਗਦਾ ਸੀਗਾ ਵੀ ਇਹ ਪਿਛਲੀ ਸਰਕਾਰ ਤੇ ਇਲਜ਼ਾਮ ਲਾ ਲਾ ਕੇ ਆਪਦੀ ਸਰਕਾਰ ਦੇ ਵਿੱਚ ਮਾਫੀਆ ਰਾਜ ਖਤਮ ਕਰ ਦੇਣਗੇ, ਹੋਰ ਮੁੱਦੇ ਜਿਹੜੇ ਉਹਨਾਂ ਦਾ ਹੱਲ ਕਰ ਦੇਣਗੇ। 4 ਸਾਲਾਂ ਬਾਅਦ ਵੀ ਕਾਂਗਰਸ ਦੇ ਬੁਲਾਰੇ ਪਿਛਲੀ ਸਰਕਾਰ ਤੋਂ ਡਿਬੇਟ ਸ਼ੁਰੂ ਕਰਦੇ ਪਏ, ਰਾਣਾ ਬਲਜੀਤ ਸਿੰਘ ਚਹਿਲ, ਮੇਰਾ ਸਵਾਲ ਤਾਂ ਇਹੀ ਹੈ ਰਾਣਾ ਬਲਜੀਤ ਸਿੰਘ ਚਹਿਲ, ਹਜੇ ਪਿਛਲੀ ਸਰਕਾਰ ਦੇ ਪਰਛਾਵੇਂ ਤੋਂ ਕਾਂਗਰਸ ਸਰਕਾਰ ਬਾਹਰ ਹੀ ਨਹੀਂ ਆਈ? ਕੇਪੀ ਸਾਹਿਬ, ਸਭ ਤੋਂ ਵੱਡੀ ਗੱਲ ਇਹ ਹੁੰਦੀ ਆ, ਸਾਡੇ ਘਰ ਦੇ ਵਿੱਚ ਜੇ ਇੱਕ ਛੋਟੇ ਜੀ ਬਿਮਾਰੀ ਠਮਾਰੀ ਆ ਜੇ ਤਾਂ ਉਹ ਘਰ ਨੂੰ ਕਰਜ਼ਾਊ ਕਰਕੇ ਰੱਖ ਦਿੰਦੀ ਆ। ਜਿਸ ਤਰ੍ਹਾਂ ਅਕਾਲੀ ਦਲ ਨੇ 10 ਸਾਲ ਪੰਜਾਬ ਤੇ ਰਾਜ ਕੀਤਾ, 10 ਸਾਲ ਦੇ ਵਿੱਚ ਪੰਜਾਬ ਨੂੰ ਖਾਧਾ, ਤੇ ਜਿਸ ਤਰ੍ਹਾਂ ਤੁਸੀਂ ਮਾਫੀਆ ਰਾਜ ਦੀ ਗੱਲ ਕਰ ਰਹੇ ਹੋ, ਇਸ ਚੀਜ਼ ਨੂੰ ਮੈਂ ਮੁਨਕਰ ਨਹੀਂ ਹੁੰਦਾ। ਪੰਜਾਬ ਦੇ ਵਿੱਚ ਚਾਹੇ ਮਾਈਨਿੰਗ ਮਾਫੀਆ ਚਾਹੇ ਸ਼ਰਾਬ ਮਾਫੀਆ ਅਜੇ ਵੀ ਚੱਲ ਰਿਹਾ, ਉਸੇ ਤਰ੍ਹਾਂ ਹੀ ਚੱਲ ਰਿਹਾ, ਉਹਨੂੰ ਖਤਮ ਕਰਨ ਲਈ ਲੋਕਾਂ ਨੂੰ ਲਾਮਬੰਦ ਹੋਣਾ ਪੈਣਾ। ਤੇ ਚਲੋ ਮੈਂ ਵੈਲਕਮ ਕਰਦਾ, ਤੁਸੀਂ ਇਹ ਗੱਲ ਕਹਿ ਰਹੇ ਹੋ ਪਰ ਇਸ ਤੇ ਕਾਰਵਾਈ ਨਹੀਂ ਹੋਈ, ਸਾਨੂੰ ਅਫਸੋਸ ਹੈ ਰਾਣਾ ਬਲਜੀਤ ਸਿੰਘ ਚਹਿਲ, ਜੇ ਤੁਸੀਂ ਇਹ ਆਪ ਐਡਮਿਟ ਕਰਦੇ ਪਏ ਹੋ। ਹਾਂ, ਜਿਹੜੀਆਂ ਇੱਕ ਪਿਰਤਾ ਪਾ ਦਿੰਦੀ ਹੈ, ਚਾਹੇ ਉਹ ਬਿਊਰੋਕਰੇਟਸ ਨੂੰ ਹੋਈਆਂ ਚਾਹੇ ਲੀਡਰਸ਼ਿਪ ਨੂੰ ਹੋਈਆਂ, ਉਹ ਹੌਲੀ ਹੌਲੀ ਜਾਂਦੀਆਂ ਜਾਂਦੀਆਂ ਨਿਕਲਦੀਆਂ। ਮਤਲਬ ਚਲੋ ਰਾਣਾ ਬਲਜੀਤ ਸਿੰਘ ਚਹਿਲ, ਵੈਸੇ ਇਹ ਸਵਾਲ ਇਸ ਡਿਬੇਟ ਦਾ ਹਿੱਸਾ ਨਹੀਂ ਸੀਗਾ, ਜੇ ਤੁਸੀਂ ਐਡਮਿਟ ਕਰਦੇ ਪਏ ਹੋ ਕਿ ਮਾਫੀਆ ਰਾਜ ਉਵੇਂ ਚੱਲਦਾ ਪਿਆ, ਤਾਂ ਇਹ ਮੰਨ ਕੇ ਚੱਲੀਏ ਕਿ ਜਦੋਂ ਹੁਣ ਟਿਕਟਾਂ ਦੀ ਵੰਡ ਹੋਣੀ ਹੈ ਅਗਲੀਆਂ ਚੋਣਾਂ ਵੇਲੇ, ਉਦੋਂ 30% ਕਾਂਗਰਸ ਦੀਆਂ ਟਿਕਟਾਂ ਕੱਟੀਆਂ ਜਾਣਗੀਆਂ ਮੌਜੂਦਾ ਐਮਐਲਏ ਦੀਆਂ, ਇਹ ਮੰਨ ਕੇ ਚੱਲੀਏ ਰਾਣਾ ਬਲਜੀਤ ਸਿੰਘ ਚਹਿਲ? ਜਿਸ ਐਮਐਲਏ ਦੀ ਕਾਰਜਕਾਰੀ ਚੰਗੀ ਨਹੀਂ ਰਹੀ, ਜਿਸ ਐਮਐਲਏ ਨੇ ਸਰਕਾਰ ਦੀ ਚਾਹ ਦੇ ਉੱਪਰ ਗਲਤ ਕੰਮ ਕੀਤਾ, ਜ਼ਰੂਰ ਉਹਨਾਂ ਲੋਕਾਂ ਦੀਆਂ ਟਿਕਟਾਂ ਕੱਟੀਆਂ ਜਾਣਗੀਆਂ, ਤੇ ਪ੍ਰਾਇਓਰਟੀ ਬੇਸਿਸ ਦੇ ਉੱਪਰ ਕੰਮ ਦੇ ਆਧਾਰ ਤੇ ਟਿਕਟਾਂ ਦੀ ਵੰਡ ਹੋਊਗੀ। ਠੀਕ ਹੈ ਨਰਿੰਦਰ ਸਿੰਘ ਟਵਾਣਾ, ਕੈਪਟਨ ਅਮਰਿੰਦਰ ਸਿੰਘ ਦੇ 4 ਸਾਲ ਦੇ ਕਾਰਜਕਾਲ ਨੂੰ ਤੁਸੀਂ ਕਿਵੇਂ ਦੇਖਦੇ ਹੋ? ਸਿਰਫ ਵਿਰੋਧ ਕਰਨ ਲਈ ਵਿਰੋਧ ਨਾ ਜਿਤਾਈਓ, ਜੇ ਤੁਹਾਡੇ ਕੋਈ ਫੈਕਟ ਹੈਗੇ ਤਾਂ ਦੱਸ ਦਿਓ। ਤੇ ਮੈਂ ਤਾਂ ਬੜੀ ਹੈਰਾਨੀ ਦੀ ਇਹ ਗੱਲ ਆ, ਜਦੋਂ ਚਹਿਲ ਸਾਹਿਬ ਨੇ ਕਿਹਾ ਵੀ 85% ਅਸੀਂ ਆਪਣੇ ਵਾਅਦੇ ਪੂਰੇ ਕਰਦੇ ਨੇ, ਉਹ 85% ਕਿਹੜੇ ਕਿਹੜੇ ਵਾਅਦੇ ਨੇ ਇਹਨਾਂ ਨੇ ਪੂਰੇ ਕਰੇ ਨੇ? ਦੇਖੋ, ਵਾਅਦੇ ਤਾਂ ਬੜੇ ਵੱਡੇ ਵੱਡੇ ਸੀ ਨਾ, ਹੁਣ ਆਪਾਂ ਵਾਰ ਵਾਰ ਗੱਲ ਉਹ ਦੁਹਰਾਈਏ ਵੀ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਸੌਂਹਾਂ ਖਾਧੀਆਂ ਗਈਆਂ ਸੀ। ਦੇਖੋ, ਪਹਿਲਾਂ ਮਾਫੀਆ ਰਾਜ ਦੀ ਗੱਲ ਕਰੀਏ, ਵੈਸੇ ਤਾਂ ਐਡਮਿਟ ਕਰ ਗਏ ਨੇ ਵੀ ਮਾਫੀਆ ਰਾਜ ਵੀ ਚੱਲ ਰਿਹਾ, ਜੋ ਪਹਿਲਾਂ 10 ਸਾਲ ਚੱਲਦਾ ਰਿਹਾ ਹੁਣ ਵੀ ਚੱਲ ਰਿਹਾ। ਇਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਲੋਕਾਂ ਨੂੰ ਲਾਮਬੰਦ ਹੋਣਾ ਪੈਣਾ। ਲੋਕਾਂ ਨੂੰ ਲਾਮਬੰਦ ਕਿਸ ਤਰ੍ਹਾਂ ਕਰੋਗੇ ਸੀ, ਜਿਹੜੇ ਤੁਹਾਡੇ ਖੁਦ ਸਰਕਾਰੀ ਤੁਹਾਡੇ ਐਮਐਲਏ ਨੇ, ਤੁਹਾਡੇ ਵਜ਼ੀਰ ਨੇ,
जी उही माफिया राज दे उपर बैठे ने करा रहे ने सारा कुछ कर रहे, चाहे रेत का माफिया चाहे शराब का माफिया, तो लोग बेचारे की करनगे उत्थे थोड़े राज लॉकडाउन दे विच नजायज शराब दी फैक्ट्रियां फड़ी जांदियां ने, थोड़े एमएलए पर सीधा दोष लगता है, तो तुसी किहदे खिलाफ कार्रवाई की है? थोड़े तरन तारण के 150-200 बंदा जहरीली शराब पी के मर गया, की किसके खिलाफ कार्रवाई की है? रेत की गल करिए, हर रोज नजायज माइनिंग दियां वीडियो आ रही टीवी के उपर, और दोष थोड़े बंदियां दे लग रहे ने, फिर इन्हें खत्म कौन करूगा? लोग किवें लामबद्ध होणगे जी? पिछले 4 साल जो इन्होंने करे है, जिस तरह का पंजाब चल रहा है, असि कोई ऐसा मुद्दा नहीं जिहड़ा असेंबली च नहीं उठाया, असेंबली तो बाहर नहीं असि उठाया है। और तुसी इन्होंने ये बड़ा वड्डी गल कहिंदे 85% असि करजे माफ करे, लोग इन्हां दे करजे माफी नूं उड़ीकदे उड़ीकदे इन्ना ब्याज अपने करजिआं दे पवा बैठे, जिन्हां ने माफ कीता उन्हां कितें वध ब्याज लोकां नूं देणा पै गया। कित्थे गल करदे ने इह? ठीक ठीक है टवाणा साहब, वापस आऊंगा। अर्शी सिंह क्लेयर, ये तुहाडी सरकार दे 10 साल दे कार्यकाल दे जिहड़े नुकसान है उन्हां तों हजे तिकर नहीं उभरे, हजे तिकर भी तुहाडा जिक्र हो रहा अर्शदीप सिंह क्लेयर, तुसीं इन्ना नुकसान कीता पंजाब दा क्लेयर साहब? के पी जी गल हैगी है कि जिहड़ी कांग्रेस की सरकार है इहदे च मैनेजमेंट की कमी है, और इन्हां नूं सूबा चलाउणा ही नहीं आउंदा, उह इन्हां दा उह हाल है कि नाच ना जाने आंगन टेढ़ा। ते नाले जिहड़ा हुणी इह नारा दे रहे सी ना चाहुंदा है पंजाब, मैं हुण इहदा नवां नारा जिहड़ा अजकल पंजाब दे विच चल रहा उह चल रहा कि नहीं चाहुंदा पंजाब कैप्टन की सरकार, गलियां च भंजा के कांग्रसियां की चैक की जाऊगी रफ्तार। सो दूजे पासे मैनू एक गल दस देण कि मुख्यमंत्री विधानसभा दे विच खड़े होकर झूठ बोलते हैं कि 84.4% वादे पूरे करते, तीन मेन सैक्टर जिथे गुटका साहब चक के दसम पिता की सहु खा के वादे किए, एक पूरन करजा माफी का 95,000 करोड़ का करजा से, 20,000 का इंट्रस्ट ऐड हो गया, किन्ना माफ होया? सिर्फ 5,000 करोड़ के करीब, जेड़ा के कुछ परसेंट, आई थिंक 4-5% बनता है। दूसरा बड़ा वादा सी पंजाब नूं नशा मुक्त करना, की अज पंजाब दे विच नशा खत्म हो गया? तीसरा सी घर घर नौकरी, घर घर नौकरी पहुंच गई, फिर तो डिबेट ही बंद कर दिंदे, फिर तो अगली चोण मैनूं लगता है कि अगर 84.4% वादे पूरे हो गए, फिर तो कैप्टन अमरिंदर सिंह नूं सारी वजारत नूं छुट्टी ते भेज देना चाहिए, 6 महीने छुट्टियां करन फिर चोण आ जाऊगी। बेरोजगारां नूं मुला इन्हां ने देना सी मुंडियां नूं 2,500 रुपया, वह देता। शगन स्कीम 51,000 कहिंदे सी, वह भी हुण कहिंदे जुलाई तो देवांगे, जिहड़ियां बेचारियां बच्चियां दे पहलां विआह हो गए उह नहीं दित्ते। सो किसे गल ते तां खड़न, राणा बलजीत चहल जी चैनल दे उत्ते दसण, पंजाब सरकार दा इक वड्डा इंफ्रास्ट्रक्चर डिवेलपमेंट प्रोजेक्ट जे पंजाब दे विच आया होवे, इक हस्पताल पंजाब नूं दित्ता होवे, इक वड्डा हाईवे पंजाब नूं दित्ता होवे, तो कोई वड्डियां सोशल वेलफेयर स्कीमां दित्तियां होण पंजाब नूं, किसे सैक्टर दे विच तां बोलण ना कि असीं कीता है। करदा मैनूं लगदा कि इहनां दे, तुसीं इक गल होर नोट करन वाली है, 4.25 साल दे विच 1,00,000 करोड़ का कर्जा है, तुसी पिछले 10 साल का राज देखो, 4.25 साल 1,00,000 करोड़ से लै गए, और डिवेलपमेंट बिल्कुल भी नहीं। सो पैसा गया किथे, लोगों नूं मिलिया नहीं है, दसण किथे गया वो पैसा? राणा बलजीत सिंह, बलजीत सिंह चहल, कोई डेवलपमेंट का काम तुसी, कोई प्रोजेक्ट तुसी गिना सकते हो? मेरी गल सुनो केपी साहब, इदां ये गल कर रहे हैं अर्शदीप क्लेयर हो रही, मैं ये गल कहना क्लेयर साहब के उत्ते आके, आप यूथ है जी, आप पॉलिटिक्स च तां आए हैं कि आप सिस्टम नूं चेंज करिए, जिते एक्सपैक्ट करन वालियां चीजां उन्हां नूं करिए, तां ही सिस्टम चेंज हो सकता, अदरवाइज जिहड़ी डबली चक के पुराने जथेदार फिरते रहे जां कांग्रेसी भीड़ियां पजामियां पा के फिरते रहे, वह सिस्टम उवीं रहूगा। तो दूसरी गल, जदों तक तुसीं उही गल्लां तुसीं बोलदे हो जिहड़े तुहाडे गप जिहड़े अकाली दल दे बंदे बोलदे, किते मन्निया करो भी 10 साल दे जे नशा सी, राणा चहल, तुहाडे तो डेवलपमेंट का कोई सवाल किया जा रहा है, तुसी अकाली दल दे सवाल का जवाब देना चाहते हो? मेरी गल सुनो केपी साहब, जिदा इन्होंने साडियां धीआं दी गल कीती, शगन स्कीम सी उह दुगनी कर दित्ती गई, मातावां दा किराया जो सी उह फ्री कर दित्ता गया, उस तों बाद जो जिन्ने तुसी की 10 साल दे समय जो भी जिहड़े 10 साल दे कोई प्रोजेक्ट्स लिआंदे आ उह तुसी लिआंदे आ, तुसी इंडस्ट्री पंजाब चाहुंदे हो कि छड्डी? सर मैं एक ब्रेक लेनी है, एक ब्रेक लेनी है, एक ब्रेक लेनी है।
एक ब्रेक लवेंगे, ब्रेक तो वापस आवेंगे। बहुत सारे सवाल है, सारे पंजाब ने ये सवाल सुनने हैं, सारे पंजाब ने यह जवाब सुनने हैं, तो पंजाब फैसला करेगा कैप्टन सरकार के चार साल के उन्होंने किड़े सवालों का जवाब मिले। वापस आ रहे वड़ा सवाल इको पुछ रहे, वड़ा सवाल असं यह पुछ रहे पंजाब कांग्रेस सरकार के कैप्टन तो पार्टी पंजाबी ते विरोधी राजनीति कितनी संतुष्ट है। प्रसम मनजीत सिंह सर यही सवाल तुहानू पुछ रहे, सर पार्टी पंजाबी ते विरोधी राजनीति कितनी संतुष्ट है कैप्टन अमरिंदर सिंह के चार साल के कार्यकाल तो। प्रसम मनजीत सिंह पार्टी के केपी सिंह तुहाडे सामने ही राणा बोल ही रहे राणा साहब कि कितनी संतुष्ट हैगी आ भाजपा, तुहाडा तो बिल्कुल ही नहीं है राणा जी भी, उहदे बारे थोड़ी जी बोलिए। मतलब जिहड़ा बंदा सत्ता तो थोड़ा जिहा बाहर रहिंदा आ ਉਹ ਪਾਰਟੀ ਦੇ ਅੰਦਰ ਹੀ ਇਨਕਲਾਬੀ ਹੁੰਦਾ ਆ ਤੇ ਜਿਹੜੇ ਰੂਲ ਕਰਦੇ ਆ ਉਹਨਾਂ ਦੇ ਕਿਉਂਕਿ ਦੋਵੇਂ ਹੱਥ ਜਿਹੜੇ ਆ ਜਾਣੀ ਖਿਚੜੀ ਚ ਨਹੀਂ ਕਹਿਣਾ ਚਾਹੀਦਾ ਕਿ ਉਹ ਚ ਹੋਣੇ ਹੁੰਦੇ ਆ, ਉਹ ਇਸ ਕਰਕੇ ਉਹ ਥੋੜੇ ਜਿਹੇ ਕੰਜ਼ਰਵੇਟਿਵ ਹੁੰਦੇ ਆ, ਉਹ ਟਾਰਗੇਟ ਹੋ ਜਾਂਦੇ ਆ ਆਪਣਿਆਂ ਦੇ ਹੀ ਬਣ ਜਾਂਦੇ ਆ। ਵਿਰੋਧੀ ਪਾਰਟੀਆਂ ਦਾ ਤੇ ਦੇਖੋ ਵਿਰੋਧ ਦਾ ਜਿਹੜਾ ਹੈਗਾ ਸਿਲਸਿਲਾ ਉਹ ਤੇ ਜ਼ਰੂਰੀ ਤੁਸੀਂ ਅਸੈਂਬਲੀ ਚ ਦੇਖ ਹੀ ਲਿਆ ਸੀ, ਨਾਰੇ ਵੀ ਵੱਜਦੇ ਆ, ਕੋਈ ਪੈਦਲ ਗਿਆ, ਕੋਈ ਗੱਡੇ ਤੇ ਚੜ ਕੇ ਗਿਆ, ਕੋਈ ਸਾਈਕਲਾਂ ਤੇ ਗਿਆ, ਇੱਕ ਡੰਡੌਤ ਬੰਦਨਾ ਕਰਦੇ ਨਹੀਂ ਗਏ ਕਿ ਜਾਣੀ ਪੇਟ ਭਾਰ ਜਿਹੜਾ ਅਸੈਂਬਲੀ ਨੂੰ ਜਾਣਾ ਉਹਦੀ ਖਬਰ ਵੱਡੀ ਆ ਸਕਦੀ ਸੀ। ਇੱਥੇ ਤੱਕ ਜਦੋਂ ਰਾਜਨੀਤੀ ਸਾਡੀ ਸੀਮਿਤ ਹੋ ਜਾਏ ਕਿ ਖਬਰਾਂ ਕਿਵੇਂ ਬਟੋਰਨੀਆਂ, ਸੁਰਖੀਆਂ ਕਿਵੇਂ ਬਟੋਰਨੀਆਂ, ਉੱਥੇ ਤੇ ਨਾ ਸੰਜੀਦਾਪਣ ਨਹੀਂ ਕੋਈ ਬਹੁਤਾ ਦਿਖਦਾ। ਵਿਰੋਧੀ ਪਾਰਟੀਆਂ ਦਾ ਕ੍ਰਿਟਿਸਿਜ਼ਮ ਸਿਰ ਮੱਥੇ ਤੇ ਹੈਗਾ, ਉਹ ਤੇ ਬਿਲਕੁਲ ਠੀਕ ਕਹਿ ਰਹੀਆਂ, ਟਵਾਣਾ ਸਾਹਿਬ ਨੇ ਕਹਿਤਾ, ਕਲੇਰ ਜੀ ਨੇ ਵੀ ਕਹਿਤਾ, ਕਿਉਂਕਿ ਕੀਤਾ ਤੇ ਕੁਛ ਹੈ ਨੀਗਾ, ਕਹਿਣ ਲਈ ਉਹਨਾਂ ਕੋਲ ਬਹੁਤ ਕੁਛ ਹੈ। ਸਵਾਲ ਇਹ ਵੀ ਨਾਲ ਪੁੱਛ ਲੈਣਾ ਚਾਹੀਦਾ ਕਿ ਲੋਕ ਇਹਨਾਂ ਨੂੰ ਪਸੰਦ, ਜਿਹੜਾ ਲੋਕਾਂ ਵਾਲਾ ਤੀਜਾ ਹਿੱਸਾ ਜਿਹੜਾ ਪਾਰਟ ਦਾ ਉਹ ਲੋਕਾਂ ਵਾਲਾ ਹੈ ਕਿ ਮੈਨੂੰ ਲੱਗਦਾ ਕਿ ਲੋਕ ਇਸ ਵੇਲੇ ਜਿੰਨੀ ਵੀ ਇਹ ਰਾਜਨੀਤਿਕ ਤਰੀਕੇ ਤੌਰ ਤਰੀਕੇ ਚੱਲ ਰਹੇ ਆ, ਲੋਕ ਬੜੇ ਤੰਗ ਹੈਗੇ ਆ, ਲੋਕ ਪਰੇਸ਼ਾਨ ਹੈਗੇ, ਤੇ ਲੋਕਾਂ ਨੇ ਅਜੇ ਜਦੋਂ ਵਿਹਲੇ ਹੋ ਗਏ ਨਾ ਟਿਕਰੀ ਤੇ ਸਿੰਘੂ ਬਾਰਡਰ ਤੋਂ, ਉਦੋਂ ਇੱਥੇ ਆਪਣੀ ਕਿਸਮ ਦਾ ਇੱਕ ਵਾਕ ਰੋਲਾ ਵੀ ਆਉਣ ਦਾ ਮੈਨੂੰ ਕਾਫੀ ਅਸਾਰ ਦਿਖ ਰਹੇ ਆ। ਉਹ ਫਿਰ ਦੱਸਣਗੇ ਕਿ ਕਿਹੜੀ ਪਾਰਟੀ ਕਿੰਨੀ ਚੰਗੀ ਆ, ਵਿਰੋਧੀ ਨੂੰ ਕਿੰਨੇ ਨੰਬਰ ਦੇਣੇ ਆ, ਰੂਲਿੰਗ ਨੂੰ ਕਿੰਨੇ ਦੇਣੇ ਆ, ਉਹ ਫਿਰ ਆਪਣਾ ਗਾਜ ਲੈ ਕੇ ਆਉਣਗੇ, ਉਹਦੇ ਮੁਤਾਬਕ ਫਿਰ ਦੇਣਗੇ ਆਪਣੇ ਨੰਬਰ। ਰਸਮਨਜੀਤ ਸਿੰਘ ਤੁਸੀਂ, ਰਸਮਨਜੀਤ ਸਿੰਘ ਤੁਸੀਂ ਬੜਾ 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 ਅਹਿਮ ਸਵਾਲ ਚੁੱਕਿਆ ਰਸਮਨਜੀਤ ਸਿੰਘ। ਮੈਂ ਸਰ ਇਹ ਸਵਾਲ ਡਾਕਟਰ ਦਰਸ਼ਨਪਾਲ ਨੂੰ ਕੀਤਾ ਸੀਗਾ, ਉਹ ਕਹਿੰਦੇ ਅਸੀਂ ਕੇਂਦਰ ਨਾਲ ਪਹਿਲਾਂ ਨਿਬੜ ਲਈਏ, ਉਸ ਤੋਂ ਬਾਅਦ ਇੱਥੋਂ ਦੀ ਸਰਕਾਰ ਨੂੰ ਆ ਕੇ ਘੇਰਾਂਗੇ, ਪੁੱਛਾਂਗੇ ਉਹਨਾਂ ਨੇ ਕਿਸਾਨਾਂ ਲਈ ਤੇ ਖੇਤੀ ਲਈ ਕੀ ਕੀਤਾ। ਨਹੀਂ ਜੀ ਬਿਲਕੁਲ ਠੀਕ ਹੈ, ਕਿਉਂ ਨਹੀਂ ਪੁੱਛਣਾ ਚਾਹੀਦਾ, ਬਿਲਕੁਲ ਪੁੱਛਣਾ ਚਾਹੀਦਾ। ਹੁਣ ਜਦ ਸਾਡੇ ਖੁਦ ਕਾਂਗਰਸ ਦੇ ਪ੍ਰਵਕਤਾ ਇਹ ਗੱਲ ਕਹਿ ਰਹੇ ਹੈਗੇ ਤੇ ਆਪਾਂ ਨੂੰ ਕਹਿਣ ਚ ਕੀ ਹਰਜਿਆ ਕਿ ਉਹਨਾਂ ਨੇ ਗੱਪਾਂ ਤੇ ਬੜੀਆਂ ਬੜੀਆਂ ਮਾਰੀਆਂ। 85 ਮੈਂ ਆਪ ਪੜ੍ਹਿਆ ਹੈ 85% ਜੇ ਮੰਗਾਂ ਪੂਰੀਆਂ ਹੋ ਗਈਆਂ ਫਿਰ ਤੇ 100% ਹੀ ਹੋ ਗਈਆਂ, 15% ਤੇ ਵਹਿ ਕੇ ਰਹਿ ਜਾਂਦੀਆਂ, ਉਹਦੇ ਚ ਕਿਹੜੀ ਗੱਲ ਆ। ਮੈਂ ਤੇ ਕਹਿੰਦਾ 50 ਵੀ ਹੋ ਗਈਆਂ ਤੇ ਬਹੁਤ ਜ਼ਿਆਦਾ ਹੈ, ਸਰਕਾਰ ਜਿਹੜੀ ਇੰਨੀ ਕਪੌੜ ਸੰਦ ਛੱਡਿਆ ਹੁੰਦਾ ਆ ਪੀਕੇ ਦੇ ਨਾਂ ਦੇ ਉੱਤੇ, ਤੇ ਹੁਣ ਉਹਨੇ ਹੀ 85% ਦਾ ਅੰਕੜਾ ਵੀ ਦੇ ਦਿੱਤਾ। 85% ਦਾ ਕਿਵੇਂ ਬਣਿਆ? ਮੰਨ ਲਓ ਕਿਤੇ ਇਹਨਾਂ ਨੇ 100 ਕਰੋੜ ਰੁਪਇਆ ਕਿਸੇ ਨੂੰ ਰਾਹਤ ਦੇਣੀ ਸੀ, ਉਹਦੇ ਚੋਂ 100 ਰੁਪਇਆ ਦੇ ਦਿੱਤਾ, ਟਿੱਕ ਮਾਰਤਾ ਜੀ ਇਹ ਹੋ ਗਿਆ ਜੀ। ਜਿਹਦੇ ਚ 10,000 ਕਰੋੜ ਕਿਤੇ ਦੇਣਾ ਸੀ, ਕਿਤੇ ਖਰਚਾ ਕਰਨਾ ਸੀਗਾ, ਜਾਣੀ ਕਰਜ਼ਿਆਂ ਦੀ ਮਾਫੀ ਦਾ, ਉਹਦੇ ਚ 5 ਹੋ ਗਿਆ ਜੀ, ਹੋ ਗਿਆ ਜੀ 100% ਹੋ ਗਿਆ, ਉਹ ਵੀ ਨਹੀਂ ਪੂਰੇ ਹੋਏ। ਇਸ ਕਰਕੇ ਜਿਹੜੇ 85 ਹੈਡਿੰਗ ਇਕੱਠੇ ਕਰ ਲਏ ਆ, 85% ਮੰਗਾਂ ਪੂਰੀਆਂ ਨਹੀਂ ਹੋਈਆਂ, ਵਾਅਦੇ ਪੂਰੇ ਨਹੀਂ ਹੋਏ, ਜਿੱਥੇ ਕਿਸੇ ਮੰਗ ਦਾ 1% ਹੋ ਗਿਆ, ਕਿਸੇ ਦਾ 2 ਹੋ ਗਿਆ, ਉਹਨੂੰ 100% ਕਰਕੇ ਠੀਕ ਠੀਕ ਹੈ ਸਰ ਠੀਕ ਹੈ ਡਾਕਟਰ। 84.6% ਇਹਨਾਂ ਨੇ ਕਿਹਾ, 84.6% ਮੇਰੇ ਕੋਲ ਪਿਆ ਹੈ। ਰਾਣਾ ਬਲਜੀਤ ਸਿੰਘ ਚਾਹਲ ਸਰ, ਬਹੁਤ ਮੈਂ ਸੰਜੀਦਗੀ ਵਾਲੇ ਸਵਾਲ ਕਰਨਾ ਚਾਹੁੰਦਾ ਰਾਣਾ ਬਲਜੀਤ ਸਿੰਘ ਚਾਹਲ ਤੁਹਾਨੂੰ। ਰਾਣਾ ਚਾਹਲ, ਜਦੋਂ ਪਾਰਟੀ ਕੰਮ ਬਹੁਤ ਸੋਹਣੇ ਕਰਦੀ ਹੈ ਤੇ ਉਦੋਂ ਉਹਨੂੰ ਕੰਮਾਂ ਦੇ ਆਧਾਰ ਤੇ ਵੋਟ ਮੰਗਣਾ ਚਾਹੀਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਰਾਣਾ ਬਲਜੀਤ ਸਿੰਘ ਚਾਹਲ ਜਦੋਂ ਪਾਰਟੀ ਨੇ ਇੰਨੇ ਵਧੀਆ ਕੰਮ ਕੀਤੇ ਹੋਏ ਤੇ ਪ੍ਰਸ਼ਾਂਤ ਕਿਸ਼ੋਰ ਨੂੰ ਲਿਆ ਕੇ ਸਰ ਕੀ ਸਾਬਤ ਕਰਨਾ ਚਾਹੁੰਦੀ ਹੈ ਪਾਰਟੀ? ਮੈਂ ਤਾਂ ਇਹ ਸਮਝਣਾ ਚਾਹੁੰਦਾ ਸਰ, ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ? ਨਹੀਂ ਨਹੀਂ ਕੇਪੀ ਸਾਹਿਬ ਮੇਰੀ ਗੱਲ ਸੁਣੋ, ਫਿਰ ਗੱਲ ਉੱਥੇ ਆ ਜਾਣੀ ਆ, ਦੂਜੇ ਪ੍ਰੋਫੈਸਰ ਸਾਹਿਬ ਦੂਜੇ ਪਾਸੇ ਗੱਲ ਲੈ ਜਾਂਦੇ ਆ, ਘਿਓ ਖਿਚੜੀ ਦੀ ਗੱਲ ਲੈ ਜਾਂਦੀ ਆ ਵੀ ਜਿਨ੍ਹਾਂ ਦੇ ਹੱਥ ਨਹੀਂ ਹੁੰਦੇ ਉਹ ਆਵਾਜ਼ ਉਠਾਉਂਦੇ ਆ, ਉਹ ਬਗਾਵਤ ਕਰਦੇ ਆ, ਪਰ ਸੱਚਾਈ ਤੇ ਗੱਲ ਕਰਨ ਦੀ ਵੀ ਹਿੰਮਤ ਹੋਣੀ ਚਾਹੀਦੀ ਆ ਪਾਰਟੀ 'ਚ ਰਹਿ ਕੇ, ਜਦੋਂ ਤੁਸੀਂ ਇੱਕ ਪਲੇਟਫਾਰਮ ਦੇ ਉੱਪਰ ਪਾਰਟੀ ਨੂੰ ਰੀਪ੍ਰੈਜ਼ੈਂਟ ਕਰ ਰਹੇ ਹੋ। ਠੀਕ ਹੈ ਨਾ, ਗੱਲ ਇਹ ਆ ਪ੍ਰਸ਼ਾਂਤ ਕਿਸ਼ੋਰ ਦਾ ਤਾਂ ਅਸੀਂ ਖੁਦ ਜਾ ਕੇ ਕਹਿੰਦੇ ਰਹੇ ਹਾਂ ਵੀ ਪ੍ਰਸ਼ਾਂਤ ਕਿਸ਼ੋਰ ਦੀ ਸਾਨੂੰ ਲੋੜ ਹੀ ਨਹੀਂ, ਸਾਡੀ ਪਾਰਟੀ ਨੂੰ ਇਸ ਵਕਤ ਕਿਸ ਚੀਜ਼ ਦੀ ਲੋੜ ਆ? ਸਾਡੀ ਪਾਰਟੀ ਨੂੰ ਸਿਰਫ ਇਸ ਚੀਜ਼ ਦੀ ਲੋੜ ਆ ਵੀ ਇੱਕ ਪਲੇਟਫਾਰਮ ਦੇ ਉੱਪਰ ਸਾਰੇ ਲੀਡਰਸ ਆ ਕੇ ਲੋਕਾਂ ਦੇ ਵਿੱਚ ਜਾਣ ਤੇ ਲੋਕਾਂ ਲਈ ਜਿਹੜੇ ਅਸੀਂ ਕੰਮ ਕੀਤੇ ਉਹ ਜਾ ਕੇ ਲੋਕਾਂ ਦੀ ਕਚਹਿਰੀ ਚ ਧਰੀਏ ਤੇ ਉਸੇ ਹਿਸਾਬ ਨਾਲ ਲੋਕਾਂ ਨੇ ਫਤਵਾ ਦੇ ਦੇਣਾ ਉਸ ਚੀਜ਼ ਦਾ। ਠੀਕ ਠੀਕ ਰਾਣਾ ਚਾਹਲ, ਤੁਸੀਂ ਖੁਦ ਆਪਦੇ ਸੋਸ਼ਲ ਮੀਡੀਆ ਤੇ ਆਪਦੇ ਆਪ ਨੂੰ ਕਿਸਾਨ ਰਾਣਾ ਚਾਹਲ ਲਿਖਿਆ ਜਦੋਂ ਸੰਘਰਸ਼ ਸ਼ੁਰੂ ਹੋਇਆ, ਤੇ ਉਸ ਕਿਸਾਨ ਰਾਣਾ ਚਾਹਲ ਤੋਂ ਮੈਂ ਸਵਾਲ ਕਰ ਰਿਹਾ, ਖੇਤੀ ਨੀਤੀ ਕਹੀ ਸੀ ਸਰਕਾਰ ਨੇ, ਇੱਕ ਖੇਤੀ ਕਰਜ਼ੇ ਦੀ ਮੈਂ ਗੱਲ ਨਹੀਂ ਕਰਦਾ ਪਿਆ, ਕਿਸਾਨ ਕਰਜ਼ੇ ਦੀ ਗੱਲ ਨਹੀਂ ਕਰਦਾ ਪਿਆ ਮੈਂ, ਖੇਤੀ ਨੀਤੀ ਕਹੀ ਸੀ ਸਰਕਾਰ ਨੇ, ਸਰ ਉਹ ਖੇਤੀ ਨੀਤੀ ਕਿੱਥੇ ਆ? ਮੇਰੀ ਗੱਲ ਸੁਣੋ ਜੀ, ਖੇਤੀ ਨੀਤੀ ਡਾਈਵਰਸਿਫਿਕੇਸ਼ਨ ਦੀ ਜ਼ਰੂਰ ਗੱਲ ਸੀ, ਜਿੱਥੇ
पिछले बजट दे विच शायद तुसीं देखिया होवे जो एक डेयरी फार्मिंग सी उहदे लई वी रख्या गया सी कि किसानां नूं किते तों अड लिख कीता जावे चाहे किन्नू दी खेती सी होर साइड फाजिलका वाली जगह दे उपर चलदे आ उत्थे रख्या गया सी बागां नूं प्रोत्साहित कीता जावे इस गल दे च इह नहीं कल्ला असीं किसान ही लिखिया जिथे किसानां दे हक दे च कांग्रेस दीआं कमियां वी रहियां असीं बोलदे वी रहे आ ते जिथे प्लस पॉइंट रहे आ उह वी लोकां दे च धरदे रहे आ खेती नीति तुसी कहंदे हो भी आम तौर ते बन चुकी है ना मतलब मानदे पए डाइवर्सिफिकेशन वाली बिल्कुल अच्छा अर्शद क्लियर खेती नीति ते बना चुके है तुसी क्यों सवाल खड़े करदे पए उहनां ते फिर मैं केपी जी फिर ओही गल कहना चाहुंदा मेरा भरा है राणा बलजीत चहल जी के किथे है ये हर गल कागजा दे विच ही इन्हां दी क्यों रह जांदी है जिद्दन दी सरकार बनी है साढ़े चार साल दे विच मैं पहला भी यही सवाल कीता सीगा कि मुख्यमंत्री साहब यह भी कहते हैं कि पंजाब दे विच 70,000 करोड़ की इनवैसटमेंट आ गई वह कित्थे है धरत दे उत्ते किसी ने एक छोटी इट लगी भी देखी होवे तां दस देण मेरा उही सवाल सीगा कि तुसी कागजा दे विच जिद्दां तुसी 84.6% वादे पूरे करते इदां ही कागजा दे विच इनवैसटमेंट आ गई इदां ही कागजा दे विच नौकरियां मिल गईयां इदां ही सारा कुछ हो गया पर पंजाब दे विच धरत दे उत्ते कम की होया उह दस्सिया जावे और बड़ी शर्मनाक गल हुंदी है जदों एक सूबे दा मुखिया खड़ा होके उन्हें यह दसना पवे कि सरकार ने इन्ने 1,000 किलोमीटर सड़क की रिपेयर करती ये मुख्यमंत्री ने अनाउंसमेंट की कि असी सड़कां दी रिपेयर करती क्लियर साहब एक सवाल तुहाडे तों वी बनदा क्लियर साहब मैं तुहाडी सरकार वाला सवाल नहीं खड़ा कर रहा वो तो बैठे आ खड़े कर रहे तुहाडे ते 10 साल के राज नूं सर जिन्ने साल तुसीं केंद्र विच रहे हो कि पंजाब नूं उहदा बनदा हक मिलिया केपी जी जिन्ना कुछ श्रोमणी अकाली दल ने लड़ के केंद्र तों पंजाब लई लैके आउंदा नहीं अकाली दल टेक केपी जी मैं फिर दोबारा कहना कि केंद्र सरकार ने दिता या कुछ कमियां रह गईयां पर गल ये हुंदी है कि जिहड़ी सूबे की सरकार हुंदी है जदों साडी सरकार सी पंजाब दे विच ਉਦੋਂ ਕੇਂਦਰ ਕਿਹੜਾ ਸਪੋਰਟਿਵ ਸੀ ਅਸੀਂ ਵੀ ਤਾਂ ਸਰਦਾਰ ਮਨਮੋਹਨ ਸਿੰਘ ਦਾ ਜਾ ਕੇ ਲੜ ਭਿੜ ਕੇ ਆਪਣੀ ਮੈਨੇਜਮੈਂਟ ਦੇ ਸਿਰ ਤੇ ਲਿਆ ਕੇ ਸੂਬਾ ਚਲਾਉਂਦੇ ਰਹੇ ਆ ਇਹ ਕੇਂਦਰ ਸੂਬਾ ਸਰਕਾਰ ਦੀ ਮੈਨੇਜਮੈਂਟ ਹੁੰਦੀ ਹੈ ਆਪਦੀ ਇੱਛਾ ਸ਼ਕਤੀ ਹੁੰਦੀ ਹੈ ਕੰਮ ਕਰਨ ਦੀ ਕੇਂਦਰ ਸਰਕਾਰਾਂ ਦਾ ਰਵੱਈਆ ਕਦੇ ਵੀ ਪੰਜਾਬ ਲਈ ਠੀਕ ਨਹੀਂ ਰਿਹਾ ਚਾਹੇ ਕੋਈ ਵੀ ਕੇਂਦਰ ਸਰਕਾਰ ਹੋਵੇ ਉਹ ਕਦੇ ਵੀ ਪੰਜਾਬ ਪੱਖੀ ਨਹੀਂ ਰਹੀਆਂ ਰਾਣਾ ਚਹਿਲ ਤੁਹਾਡੀ ਮੈਨੇਜਮੈਂਟ ਪੂਰ ਹੈ ਮੇਰੀ ਗੱਲ ਸੁਣੋ ਕੇਪੀ ਸਾਹਿਬ ਮਨਮੋਹਨ ਸਿੰਘ ਜਿਹੜੀਆਂ ਗੱਲਾਂ ਇਹ ਮੋਦੀ ਸਰਕਾਰ ਦੇ ਵਿੱਚ ਸਰਦਾਰ ਜਗਜੀਤ ਸਿੰਘ ਬਾਦਲ ਕਰਦੇ ਸੀ ਟਰੱਕ ਭਰ ਕੇ ਲਿਆਉਣ ਦੀਆਂ ਟਰੱਕ ਤਾਂ ਨਹੀਂ ਅੱਧੇ ਤੋਂ ਜ਼ਿਆਦਾ ਤਾਂ ਸੈਂਟਰ ਦੇ ਵਿੱਚੋਂ ਮਨਮੋਹਨ ਸਿੰਘ ਪੰਜਾਬ ਨੂੰ ਫੰਡ ਦਿੰਦੇ ਰਹੇ ਆ ਪੰਜਾਬ ਦਾ ਬਣਦਾ ਹੱਕ ਤੇ ਜਿੱਥੋਂ ਤੱਕ ਇਹ ਨਰਿੰਦਰ ਮੋਦੀ ਦੀ ਗੱਲ ਕਰਦੇ ਕਿੱਥੇ ਇਹਨਾਂ ਦੇ ਟਰੱਕ ਇਹ ਐਡੀਆਂ ਵੱਡੀਆਂ ਰੈਲੀਆਂ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਆ ਜਿਹੜਾ ਰਿਪੋਰਟ ਕਾਰਡ ਸਾਨੂੰ ਗੱਲ ਕਰਦੇ ਆ ਉਹ ਲੋਕਾਂ ਨੇ ਇਹਨਾਂ ਨੂੰ ਦੇ ਦੇਣਾ ਅਜੇ ਤਾਂ ਚਲੋ ਠੀਕ 6 ਮਹੀਨੇ ਪਏ ਆ ਵੱਡੀਆਂ ਵੱਡੀਆਂ ਰੈਲੀਆਂ ਕਰਕੇ ਮੈਂ ਸੌਰੀ ਉਹ ਜਾ ਕੇ ਉਹਨਾਂ ਨੇ ਠੀਕ ਸਰ ਠੀਕ ਸ਼੍ਰੋਮਣੀ ਅਕਾਲੀ ਦਲ ਨੇ ਬਣਾਏ ਹਵਾਈ ਅੱਡੇ ਸਾਰੇ ਸ਼੍ਰੋਮਣੀ ਅਕਾਲੀ ਦਲ ਨੇ ਬਣਾਏ ਤੁਸੀਂ ਕੀਤਾ ਕੀ ਲੋਕਾਂ ਨੂੰ ਪਲੀਜ਼ ਉਹ ਦੱਸਿਆ ਕਰੋ ਠੀਕ ਹੈ ਮੈਂ ਬ੍ਰੇਕ ਲੈ ਲੈਂਦਾ ਮੈਨੂੰ ਬ੍ਰੇਕ ਲੈ ਲੈਣਾ ਬ੍ਰੇਕ ਲੈ ਲੈਣਾ ਸੋਸ਼ਲ ਵੈਲਫੇਅਰ ਸਕੀਮਾਂ ਦੱਸ ਦੋ ਜਿਹੜੀਆਂ ਪੰਜਾਬ ਸਰਕਾਰ ਨੇ 4.5 ਸਾਲ ਚ ਲਾਂਚ ਕੀਤੀਆਂ ਨੇ ਸਿਰਫ 2 ਸੋਸ਼ਲ ਵੈਲਫੇਅਰ ਸਕੀਮਾਂ ਦੱਸ ਦੋ ਮੈਨੂੰ ਇਹ ਤੋਂ ਵੱਧ ਮੈਂ ਤੁਹਾਨੂੰ ਕੁਝ ਨਹੀਂ ਪੁੱਛਣਾ ਚਹਿਲ ਸਾਹਿਬ 2 ਸੋਸ਼ਲ ਵੈਲਫੇਅਰ ਦੀ ਸਕੀਮ ਦੱਸ ਸਕਦੇ ਹੋ ਮੇਰੀ ਗੱਲ ਸੁਣੋ ਸਰਕਾਰ ਨੇ ਜੋ ਆਪਣੇ ਮੈਨੀਫੈਸਟੋ ਦੇ ਲੋਕਾਂ ਨਾਲ ਵਾਅਦੇ ਕੀਤੇ ਦੇ ਜਿਹੜੇ ਬੇਸਿਸ ਦੇ ਉੱਪਰ ਸਰਕਾਰ ਆਈ ਸੀ ਇਹਨਾਂ ਨੂੰ ਮੈਨੂੰ ਤਾਂ ਆਏ ਨਹੀਂ ਸਮਝ ਆਉਂਦੀ ਸਵਾਲ ਕਰਦੇ ਪਤਾ ਨਹੀਂ ਇਹਨਾਂ ਨੂੰ ਚਲੋ ਇਹਨਾਂ ਦਾ ਸਵਾਲ ਦਾ ਜਵਾਬ ਨਾ ਦੋ ਚਹਿਲ ਸਾਹਿਬ ਨਾ ਦੋ ਜਵਾਬ ਆਟਾ ਦਾਲ ਨਾਲ ਚੀਨੀ ਤੇ ਚਾਹ ਸਾਰੇ ਦੇਤੀ ਮੈਂ ਤਾਂ ਅੱਜ ਤੁਹਾਡੇ ਮਾਧਿਅਮ ਤੋਂ ਗੱਲ ਕਹਿਣਾ ਜਿਹੜੀ ਚੀਜ਼ ਸਾਨੂੰ ਮੁੱਲ ਮਿਲਦੀ ਆ ਉਹਦਾ ਲਾਲਚ ਲੋਕਾਂ ਨੂੰ ਦੇਣਾ ਚਾਹੀਦਾ ਹੀ ਨਹੀਂ ਚਾਹੇ ਕਾਂਗਰਸ ਸਰਕਾਰ ਦੀ ਚਾਹੇ ਕਾਂਗਰਸ ਠੀਕ ਹੈ ਰਾਣਾ ਚਹਿਲ ਠੀਕ ਹੈ ਫੇਕ ਪ੍ਰੋਮਿਸ ਵੀ ਨਹੀਂ ਕਰਨੇ ਚਾਹੀਦੇ ਗੇ ਬਿਲਕੁਲ ਮੈਂ ਮੰਨਦਾ ਇਸ ਗੱਲ ਨੂੰ ਮੈਂ ਇਸ ਗੱਲ ਮੰਨਦਾ ਵੀ ਲੋਕਾਂ ਨੂੰ ਅੱਗੇ ਕੱਲ ਮੈਂ ਆਪ ਵਾਲੇ ਗੱਲ ਕਰ ਰਹੇ ਸੀ ਕਿ ਕਿਵੇਂ ਲੋਕ ਲਾਮਬੰਦ ਹੋਣਗੇ ਮੈਂ ਲਾਮਬੰਦੀ ਦੀ ਗੱਲ ਲੋਕਾਂ ਦੀ ਇਸ ਤਰ੍ਹਾਂ ਕੀਤੀ ਕਿ ਲੋਕਾਂ ਨੂੰ ਸਮਝਣਾ ਪਊ ਜਿਹੜਾ ਕੋਈ ਚੋਰੀ ਕਰਕੇ ਗਿਆ ਜੇ ਚੋਰਾਂ ਨੂੰ ਤੁਸੀਂ ਵੱਧ ਕੱਟ ਕਰਦੇ ਹੋ
ਤਾਂ ਉਹਦੇ ਵਿੱਚ ਤੁਸੀਂ ਸਾਬਤ ਕਰਦੇ ਹੋ ਵੀ ਤੁਸੀਂ ਛੋਟੀ ਚੋਰੀ ਕੀਤੀ ਆ ਹੁਣ ਵੱਡੀ ਕਰੋ ਠੀਕ ਠੀਕ ਤਾਂ ਲੋਕਾਂ ਨੂੰ ਸਮਝਣਾ ਪੈਣਾ ਕਿ ਕਿਹਨੂੰ ਵੋਟ ਪਾਉਣੀ ਹੈ ਕਿਹਨੂੰ ਨਹੀਂ ਪਾਉਣੀ ਠੀਕ ਠੀਕ ਹੈ ਇੱਕ ਹੋਰ ਛੋਟਾ ਬ੍ਰੇਕ ਲਵਾਂਗੇ ਬ੍ਰੇਕ ਤੋਂ ਵਾਪਸ ਆ ਕੇ ਸਵਾਲ ਵੀ ਹੋਵੇਗਾ ਕੀ ਚੋਣ ਮੈਨੀਫੈਸਟੋ ਨੂੰ ਲੀਗਲ ਡਾਕੂਮੈਂਟ ਬਣਾਉਣਾ ਚਾਹੀਦਾ ਜਿਸ ਤਰੀਕੇ ਨਾਲ ਪੈਨਲਿਸਟ ਗੱਲਬਾਤ ਕਰ ਰਹੇ ਆ ਮੈਨੂੰ ਇਉਂ ਲੱਗਦਾ ਕਿ ਜੇ ਲੀਗਲ ਡਾਕੂਮੈਂਟ ਵਾਲੀ ਆਵਾਜ਼ ਉੱਠੂਗੀ ਤਾਂ ਸ਼ਾਇਦ ਇਹਨਾਂ ਨੂੰ ਵੀ ਪ੍ਰੋਮਿਸ ਕਰਨ ਲੱਗਾ ਸੋਚਣਾ ਪਊਗਾ ਕਿਉਂਕਿ ਨੌਜਵਾਨਾਂ ਨੂੰ ਵੀ ਕਿਹਾ ਸੀ ਜਦੋਂ ਤੱਕ ਤੁਸੀਂ ਬੇਰੁਜ਼ਗਾਰ ਰਹੋਗੇ ਤੁਹਾਨੂੰ 2500 ਰੁਪਇਆ ਭੱਤਾ ਦਿੱਤਾ ਜਾਊਗਾ ਨੌਜਵਾਨਾਂ ਨੂੰ ਇਹ ਵੀ ਕਿਹਾ ਸੀਗਾ ਸਮਾਰਟਫੋਨ ਦਿੱਤੇ ਜਾਣਗੇ ਜਿਹੜੇ 12ਵੀਂ 'ਚ ਪੜ੍ਹਦੇ ਆ ਬੱਚੇ ਪਰ ਸਵਾਲ ਇਹ ਹੈਗੇ ਆ ਕਿ ਇਹਨਾਂ ਪ੍ਰੋਮਿਸਿਸ ਦੇ ਨਾਲ ਕੀ ਚੋਣਾਂ ਜਿੱਤ ਕੇ ਉਸ ਤੋਂ ਬਾਅਦ 5 ਸਾਲ ਸਰਕਾਰ ਚਲਾ ਕੇ ਲੋਕਾਂ ਦੇ ਵਿੱਚ ਇਹ ਸਰਕਾਰਾਂ ਕਿਵੇਂ ਜਾਂਦੀਆਂ ਸਵਾਲ ਇਹ ਬੜੇ ਸਾਰੇ ਆ ਅਤੇ ਇਹ ਪਹਿਲੀ ਵਾਰ ਸਵਾਲ ਨਹੀਂ ਉੱਠ ਰਹੇ ਇਹ ਹਰ ਸਰਕਾਰ 'ਤੇ ਸਵਾਲ ਉੱਠਦੇ ਆ ਵਾਪਸ ਆ ਰਹੇ ਪੰਜਾਬ ਅੱਗੇ ਹੁਣ ਕਿਹੜੇ ਸਵਾਲ ਹੈ ਵੱਡਾ ਸਵਾਲ ਅਸੀਂ ਪੁੱਛ ਰਹੇ ਹਾਂ ਪੰਜਾਬ 'ਚ ਕਾਂਗਰਸ ਸਰਕਾਰ ਦੇ ਕੈਪਟਨ ਤੋਂ ਪਾਰਟੀ ਪੰਜਾਬੀ ਅਤੇ ਵਿਰੋਧੀ ਰਾਜਨੀਤੀ ਕਿੰਨੀ ਸੰਤੁਸ਼ਟ ਹੈ ਰਸਮਜੀਤ ਸਿੰਘ ਇਹਦਾ ਮਤਲਬ ਇਹ ਮੰਨ ਕੇ ਚੱਲੀਏ ਕਿ ਚੋਣ ਵਾਅਦੇ ਆ ਜਿਹੜੇ ਉਹ ਤਕਰੀਬਨ ਸਾਰੀਆਂ ਪਾਰਟੀਆਂ ਤੋਂ ਪੂਰੇ ਨਹੀਂ ਹੁੰਦੇ ਗੇ ਫਿਰ ਇਹਨੂੰ ਲੀਗਲ ਡਾਕੂਮੈਂਟ ਬਣਾ ਕੇ ਹੀ ਸਭ ਕੁਝ ਕੀਤਾ ਜਾ ਸਕਦਾ ਇਹਦੇ ਲਈ ਪਹਿਲ ਕਿਹਨੂੰ ਕਰਨੀ ਪਊਗੀ ਰਸਮਜੀਤ ਸਿੰਘ ਦੇਖੋ ਮੇਰਾ ਖਿਆਲ ਆ ਕਿ ਕਿਸਾਨ ਜਾਗ ਪਏ ਆ ਲੋਕ ਵੀ ਜਾਗ ਪਏ ਆ ਮੈਨੂੰ ਇਹ ਤੁਹਾਨੂੰ ਲੱਗਦਾ ਤੁਸੀਂ ਤੇ ਕਰ ਰਹੇ ਡਿਬੇਟਾਂ ਤੇ ਚੋਣਾਂ ਤੱਕ ਦੇਖ ਰਹੇ ਆ ਪੋਲੀਟੀਕਲ ਪਾਰਟੀਆਂ ਵੀ ਅਜੇ ਪੁਰਾਣੀਆਂ ਚੋਣਾਂ ਤੱਕ ਦੇਖ ਰਹੀਆਂ ਅਸਲੀਅਤ ਇਹ ਆ ਕਿ ਪੀ ਸਿੰਘ ਦੇਸ਼ ਇੱਕ ਵੱਡੇ ਇਨਕਲਾਬ ਲਈ ਉਥਲ ਪੁਥਲ ਲਈ ਵੱਧ ਰਿਹਾ ਤੁਸੀਂ ਜਿਸ ਤਰੀਕੇ ਨਾਲ ਅੱਜ ਤੇ ਕੱਲ ਪਬਲਿਕ ਸੈਕਟਰ ਜਿਹੜੀਆਂ ਬੈਂਕਾਂ ਦੀ ਸਟ੍ਰਾਈਕ ਤੁਸੀਂ ਦੇਖੀ ਆ ਉਹਦੇ ਤੋਂ ਕੀ ਤੁਹਾਨੂੰ ਲੱਗਦਾ ਨਹੀਂ ਹੈਗਾ ਕੀ ਦੇਸ਼ ਦੇ ਅੰਦਰ ਹੋ ਰਿਹਾ ਇਹਦੋਂ ਬਾਅਦ ਤੁਸੀਂ ਦੇਖਿਓ ਰੇਲਵੇ ਦੀ ਹੋਊਗੀ ਇਹਦੋਂ ਬਾਅਦ ਹੋਰ ਬਹੁਤ ਸਾਰੇ ਪਬਲਿਕ ਸੈਕਟਰ ਦੀ ਜਿਹੜੀ ਹੈ BSNL ਦੀ ਵੀ ਹੋਊਗੀਆਂ ਵੱਡੀਆਂ ਵੱਡੀਆਂ ਸਟ੍ਰਾਈਕਾਂ ਜਦੋਂ ਸ਼ੁਰੂ ਹੋ ਗਈਆਂ ਔਰ ਉਹ ਇੱਕ ਦੂਜੇ ਨਾਲ ਰਲ ਕੇ ਹੱਥ ਨਾਲ ਹੱਥ ਮਿਲਾ ਕੇ ਕਿਸਾਨਾਂ ਦੇ ਨਾਲ ਜਿਹੜੀ ਕੱਲ੍ਹ ਵਾਲੀਆਂ ਸਟ੍ਰਾਈਕਾਂ ਹੋਈ ਜਾਂ ਅੱਜ ਹੋਈ ਆ ਇਹ ਕਿਸਾਨਾਂ ਨਾਲ ਰਲ ਕੇ ਵੀ ਹੋਈਆਂ ਉਹਨਾਂ ਨੇ ਕਿਹਾ ਕਿ ਕਾਰਪੋਰੇਟਾਂ ਨੂੰ ਦੇਸ਼ ਅਸੀਂ ਨਹੀਂ ਵੇਚਣ ਦਿਆਂਗੇ ਔਰ ਇਸੇ ਤਰੀਕੇ ਨਾਲ ਇਹ ਬਿੱਲਾਂ ਦੀਆਂ ਵੀ ਗੱਲਾਂ ਹੋਈਆਂ ਇਹ ਚੀਜ਼ਾਂ ਸਾਡੀਆਂ ਪਾਰਟੀਆਂ ਨੂੰ ਨਹੀਂ ਅਜੇ ਸਮਝ ਪੈ ਰਹੀ ਹੈਗੀ ਜਿੱਦਣ ਇਹ ਸਮਝ ਪੈ ਗਈ ਤੇ ਇਹ ਜਿਹੜੀਆਂ ਸਾਰੀਆਂ ਗੱਲਾਂ ਤੁਸੀਂ ਸਵਾਲ ਰੇਜ਼ ਕਰ ਰਹੇ ਆ ਉਹ ਕਾਫੀ ਸੂਤਰ ਹੋ ਜਾਣਗੇ ਇਸ ਦਬਾਅ ਦੇ ਥੱਲੇ ਮੇਰੇ ਵੱਲੋਂ ਸੁਝਾਅ ਇਹ ਹੈ ਜਿਹੜਾ ਤੁਹਾਡਾ ਬਾਰ ਬਾਰ ਸਵਾਲ ਆਉਂਦਾ ਵੀ ਚੋਣ ਮਨੋਰਥ ਪੱਤਰ ਦੇ ਉੱਤੇ ਅੰਕੁਸ਼ ਕੀ ਲਾਇਆ ਜਾਵੇ ਮੇਰਾ ਖਿਆਲ ਹੈ ਕਿ ਚੋਣ ਮਨੋਰਥ ਪੱਤਰ ਜਿੱਡਾ ਮਰਜ਼ੀ ਗਵਾਉਣ ਸਕ ਕੋਈ ਵੀ ਪਾਰਟੀ ਬਣਾ ਦੇ ਹਰ ਸਟੇਟ ਦੇ ਵਿੱਚ ਜਦੋਂ ਸਟੇਟ ਦੀਆਂ ਚੋਣਾਂ ਆ ਤਾਂ ਇੱਕ ਐਕਸਪਰਟਸ ਦੀ ਕਮੇਟੀ ਹੋਣੀ ਚਾਹੀਦੀ ਆ ਉਹਦੇ ਵਿੱਚ ਇਕਨੋਮਿਸਟ ਹੋਣ ਸੋਸ਼ੀਓਲੋਜਿਸਟ ਹੋਣ ਉਹਦੇ 'ਚ ਅਲੱਗ ਅਲੱਗ ਸਮੁਦਾਇ ਦੇ ਬੰਦੇ ਵੀ ਹੋਣ ਉਹਨਾਂ ਦੇ ਵਿੱਚ ਯੂਨੀਅਨਾਂ ਦੇ ਲੀਡਰ ਬੈਠੇ ਹੋਣ ਉਹ ਸਾਰੇ ਸਕਰੀਨਿੰਗ ਕਰਨ ਉਹਨੂੰ ਔਰ ਜਿਹੜੇ ਐਕਸਪਰਟ ਆ ਉਹ ਆਪਣੀ ਫੀਡਬੈਕ ਦੇਣ ਜਿਹੜੇ ਯੂਨੀਅਨ ਵਾਲੇ ਉਹ ਆਪਣੀ ਫੀਡਬੈਕ ਦੇਣ ਕਿ ਕੀ ਕੁਛ ਨਹੀਂ ਹੋਇਆ ਜਿਹੜੇ ਐਕਸਪਰਟ ਆ ਉਹ ਸਟੀਮ ਲਾਈਨ ਕਰਨ ਉਹਨਾਂ ਮੰਗਾਂ ਨੂੰ ਕਿ ਕਿੱਥੋਂ ਰਿਸੋਰਸਿਸ ਆਉਣਗੇ ਪੁੱਛਣ ਸਾਰਿਆਂ ਨੂੰ ਪਾਰਟੀ ਕੱਲੀ ਕੱਲੀ ਨੂੰ ਬਣਾ ਕੇ ਉੱਥੇ ਲਾਈਨ ਹਾਜ਼ਰ ਕਰਕੇ ਸਾਨੂੰ ਦੱਸੋ ਤੁਸੀਂ ਇਹ ਜਿਹੜੇ ਛੱਡਦੇ ਦਿੱਤੇ ਗੁਬਾਰੇ ਇਹਦਾ ਕਿੱਥੋਂ ਪੂਰਾ ਹੋਣਾ ਇਹ ਤੁਹਾਡੀਆਂ ਗੱਲ 'ਚ ਉਹਨੂੰ ਫਿਰ ਤਰਾਸ਼ ਕੇ ਜੇ ਬਣਾਇਆ ਜਾਵੇ ਨਾ ਕੇਪੀ ਸਿੰਘ ਤਾਂ ਇਹ ਦੇਸ਼ 'ਚ ਸੁਧਾਰ ਹੋ ਸਕਦੇ ਆ ਸਾਨੂੰ ਜਿਹੜੀ ਸਾਡਾ ਇਲੈਕਸ਼ਨ ਕਮਿਸ਼ਨ ਉਹਨੂੰ ਇਹ ਸੁਧਾਰ ਕਰਨ ਦੀ ਲੋੜ ਹੈ ਜਿੱਥੋਂ ਤੱਕ ਇਹ ਸਾਲ ਲੀਗਲ ਡਾਕੂਮੈਂਟ ਦਾ ਨਰਿੰਦਰ ਟਵਾਣਾ ਤੁਹਾਡੀ ਪਾਰਟੀ ਜਦੋਂ ਸੱਤਾ ਵਿੱਚ ਪੈਰ ਰੱਖਦੀ ਹੈ ਤੇ ਕਹਿੰਦੀ ਅਸੀਂ ਸਿਆਸਤ ਬਦਲਣ ਆਏ ਆ ਅਸੀਂ ਪਹਿਲਾਂ ਵਾਲੀ ਸਿਆਸਤ ਨੂੰ ਮੋੜਾ ਦੇਣਾ ਟਵਾਣਾ ਸਾਹਿਬ ਇਹੋ ਜਿਹੀ ਮੁਹਿੰਮ ਜਾਂ ਇਹੋ ਜਿਹਾ ਨਾਰਾ ਤੁਸੀਂ ਲੋਕ ਕਿਉਂ ਨਹੀਂ ਦਿੰਦੇ ਪਏ ਲੀਗਲ ਡਾਕੂਮੈਂਟ ਵਾਲਾ ਬਿਲਕੁਲ ਠੀਕ ਹੈ ਮੈਂ ਇਸ ਤੋਂ ਪਹਿਲਾਂ ਨਾ ਜਿਹੜੀ ਪ੍ਰੋਫੈਸਰ ਸਾਹਿਬ ਨੇ ਗੱਲ ਕਰੀ ਨਾ ਕਿਸਾਨ ਐਜੂਕੇਸ਼ਨ ਦੀ ਮੈਂ ਇਹਨਾਂ ਦੀ ਗੱਲਾਂ ਬਿਲਕੁਲ ਸਹਿਮਤ ਹੈ ਬੜਾ ਕੁਛ ਉਥਲ ਪੁਥਲ ਹੋਣ ਵਾਲਾ ਹੈ ਆਉਣ ਵਾਲਾ ਸਮਾਂ ਸਿਆਸੀ ਦ੍ਰਿਸ਼ ਵੀ ਬਦਲਣ ਵਾਲਾ ਸਾਰਾ ਪੰਜਾਬ ਦਾ ਔਰ ਇਹਦਾ ਅਲਟੀਮੇਟਲੀ ਜਿਹੜੀ ਹੈ ਦਿੱਲੀ ਲੋਕ ਸਾਡੇ ਬੈਠੇ ਨੇ ਇਹ ਮੰਗਾਂ ਮੰਨੀਆਂ ਜਾਂਦੀਆਂ ਜਾਂ ਕਿੰਨਾ ਲੰਮਾ ਸਮਾਂ ਲੱਗੂ ਇਹ ਡਿਪੈਂਡ ਉਹਦੇ ਪਰ ਕਰਦਾ ਪਰ ਜਿੰਨੀਆਂ ਵੀ ਸਿਆਸੀ ਪਾਰਟੀਆਂ ਨਾ ਸਾਡੀਆਂ ਰਾਜ ਕਰਨ ਵਾਲੀਆਂ ਪਾਰਟੀਆਂ ਮੈਂ ਪੰਜਾਬ ਦੀ ਗੱਲ ਕਰੂੰ ਦਿੱਲੀ ਵਾਲੀ ਗੱਲ ਮੈਂ ਤੁਹਾਨੂੰ ਬਾਅਦ ਕਰਦਾ ਇਹਨਾਂ ਨੇ ਸਿਸਟਮ ਨੂੰ ਚਹਿਲ ਸਾਹਿਬ ਨੇ ਸਿਸਟਮ ਦੀ ਗੱਲ ਕੀਤੀ ਨਾ ਸਿਸਟਮ ਨੂੰ ਖਰਾਬ ਕਿਹਨੇ ਕੀਤਾ ਪੋਲੀਟੀਕਲ ਪਾਰਟੀ ਨੇ ਖਰਾਬ ਕੀਤਾ ਜਿਹਨੇ ਜਿਹੜੇ ਸਰਕਾਰਾਂ ਚਲਾਉਂਦੇ ਆ ਰਹੇ ਨੇ ਮੈਂ ਦੋ ਤਿੰਨ ਗੱਲਾਂ ਤੁਹਾਨੂੰ ਦੱਸੂਗਾ ਦੋ ਸੈਕਟਰਾਂ ਦੀ ਤੁਹਾਨੂੰ ਮੈਂ ਗੱਲ ਕਰੂੰ ਇੱਕ ਐਜੂਕੇਸ਼ਨ ਦੀ ਇੱਕ ਹੈਲਥ ਸੈਕਟਰ ਦੀ ਇਹ ਦੋਨੇ ਸੈਕਟਰ ਤਬਾਹ ਕਰਕੇ ਰੱਖਤੇ ਪੋਲੀਟੀਕਲ ਪਾਰਟੀ ਸਾਡੀਆਂ ਪਿਛਲੀਆਂ ਸਰਕਾਰਾਂ ਨੇ ਅੱਜ ਹਾਲਾਤ ਇਹ ਹੈ ਗਰੀਬ ਬੰਦੇ ਵਾਸਤੇ ਇਲਾਜ ਕਰਾਉਣ ਨੂੰ ਕੋਈ ਸਰਕਾਰੀ ਹਸਪਤਾਲ ਕਿਤੇ ਨਹੀਂ ਹੈਗਾ ਸਰਕਾਰੀ ਹਸਪਤਾਲਾਂ ਦੀ ਹਾਲਾਤ ਇਹੋ ਜਿਹੀ ਪੈਦਾ ਕਰਦੀ ਹੈ ਵੀ ਉੱਥੇ ਆਮ ਬੰਦਾ ਨੰਬਰ ਇੱਕ ਤਾਂ ਹਸਪਤਾਲ ਤਬਾਹ ਕਰਤੇ ਸਾਰੇ ਉਹ ਜਾਂ ਉਹਨਾਂ ਦੀ ਹਾਲਤ ਇਹੀ ਕਰਦੇ ਉਹ ਖੁਦ ਬਿਮਾਰ ਹੋ ਗਏ ਵਿਚਾਰੇ ਹਸਪਤਾਲ ਦੂਜੀ ਆਪਾਂ ਐਜੂਕੇਸ਼ਨ ਦੀ ਗੱਲ ਲਈਏ ਪਿਛਲੇ ਕਿੰਨੇ ਸਾਲ ਹੋ ਗਏ ਪੰਜਾਬ 'ਚ ਕੋਈ ਸਰਕਾਰੀ ਕਾਲਜ ਖੁੱਲ੍ਹਿਆ ਕਿਸੇ ਗੌਰਮੈਂਟ ਨੇ ਕੋਸ਼ਿਸ਼ ਕੀਤੀ ਇਹ ਸਾਡੇ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਪਬਲਿਕ ਸਕੂਲਾਂ 'ਚ ਲੋਕਾਂ ਨੂੰ ਜਾਣਾ ਪੈ ਰਿਹਾ ਸਰਕਾਰੀ ਸਕੂਲ ਤਬਾਹ ਹੋ ਗਏ ਸਾਰੇ ਮੇਰੀ ਇੱਕ ਵਾਰ ਗੱਲ ਸੁਣ ਮੈਂ ਟਵਾਣਾ ਸਾਹਿਬ ਤੁਸੀਂ ਐਜੂਕੇਸ਼ਨ ਅਤੇ ਹੈਲਥ ਦਾ ਮੁੱਦਾ ਚੁੱਕਿਆ ਮੈਂ ਵੈਲਕਮ ਕਰਦਾ ਸਰ ਬਹੁਤ ਅੱਛਾ ਤੁਸੀਂ ਇਸ ਨੂੰ ਰੇਜ਼ ਕੀਤਾ ਪਰ ਮੈਂ ਸਵਾਲ ਇਹ ਕੀਤਾ ਸਰ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਚੋਣ ਮੈਨੀਫੈਸਟੋ ਨੂੰ ਬਿਲਕੁਲ ਬਿਲਕੁਲ ਹੋਣਾ ਚਾਹੀਦਾ ਤੁਹਾਡੀ ਪਾਰਟੀ ਸਾਰਿਆਂ ਦੇ ਲਈ ਕੁਛ ਕਰਨ ਜਾ ਰਹੀ ਹੈ
ਬਿਲਕੁਲ ਦੇਖੋ ਮੇਰੀ ਗੱਲ ਸੁਣੋ ਅਸੀਂ ਦਿੱਲੀ ਕੁਝ ਵਾਅਦੇ ਕੀਤੇ ਸੀ ਮੈਂ ਨਹੀਂ ਕਹਿੰਦਾ ਵੀ ਅਸੀਂ 100% ਸਰ ਤੁਹਾਡੀ ਮੈਂ ਸਰ ਮੈਨੂੰ ਸਰ ਦਿੱਲੀ ਮਾਡਲ ਦਾ ਜ਼ਿਕਰ ਨਾ ਕਰੋ ਪਲੀਜ਼ ਸਰ ਠੀਕ ਹੈ ਨਹੀਂ ਕਰਦਾ ਸਰ ਨਾ ਕਰੋ ਸਰ ਦੇਖੋ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਹੈ ਤੇ ਜਿਹੜੀ ਪਾਰਟੀ ਨੂੰ ਨਹੀਂ ਪੂਰਾ ਕਰਦੀ ਉਹਦੇ ਖਿਲਾਫ ਐਕਸ਼ਨ ਵੀ ਹੋਣਾ ਚਾਹੀਦਾ ਹੈ ਉਹਦੇ ਬਾਰੇ ਕੋਈ ਕਾਨੂੰਨ ਵੀ ਬਣਨਾ ਚਾਹੀਦਾ ਵੀ ਜਿਹੜੇ ਅਸੀਂ ਵਾਅਦੇ ਕੀਤੇ ਨੇ ਇਹ ਜੇ ਇੰਨੇ ਪਰਸੈਂਟ ਸੀ ਨਹੀਂ ਪੂਰੇ ਕਰਦੇ ਤਾਂ ਤੁਹਾਡੇ ਖਿਲਾਫ ਕੋਈ ਐਕਸ਼ਨ ਵੀ ਆਵੇਗਾ ਦੇਖੋ ਮੈਂ ਪਿਛਲੀ ਆਪਾਂ ਚਾਹੇ ਕਾਂਗਰਸ ਸਰਕਾਰ ਦੀ ਗੱਲ ਕਰੀਏ ਗੁਟਕਾ ਸਾਹਿਬ ਦੀ ਸੌਂ ਖਾ ਕੇ ਕਿੰਨੇ ਵਾਅਦੇ ਕੀਤੇ ਗਏ ਤੇ 85% ਕਿੱਥੋਂ ਪੂਰੇ ਹੋ ਗਏ ਸਮਝ ਨਹੀਂ ਕੁਛ ਆ ਰਹੀ ਜੀ ਬਦਲਿਆ ਕੁਛ ਨਹੀਂ ਆਮ ਆਦਮੀ ਪਾਰਟੀ ਕਰ ਰਹੀ ਹੈ ਸਿਰਫ ਕਹਿਣਾ ਹੀ ਹੈ ਬਿਕੋਜ਼ ਇਹਨਾਂ ਨੇ ਨਾ ਕਦੇ ਪੰਜਾਬ ਦੀ ਕੁਛ ਕੀਤਾ ਨਾ ਕਰ ਪਾਉਣਗੇ ਉਹ ਡਿਫਰੈਂਟ ਇਸ਼ੂ ਹੈ ਬਟ ਮੈਨੂੰ ਬਾਕੀ ਪਾਰਟੀਆਂ ਦਾ ਨੀ ਪਤਾ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਜੋ ਕਿਹਾ ਉਹ ਕਰਕੇ ਦਿਖਾਇਆ 100% ਕੋਈ ਨਹੀਂ ਹੁੰਦਾ 5-7-10% ਚੀਜ਼ਾਂ ਰਹਿ ਗਈਆਂ ਹੋਣਗੀਆਂ ਪਰ 90% ਸ਼੍ਰੋਮਣੀ ਅਕਾਲੀ ਦਲ ਦੇ ਵਾਅਦੇ ਔਰ ਜਿੱਥੇ ਤੱਕ ਤੁਸੀਂ ਅਸੀਂ ਮੈਨੀਫੈਸਟੋ ਦੇ ਵਿੱਚ ਜੋ ਵੀ ਵਾਅਦਾ ਕੀਤਾ ਚਾਹੇ ਮੁਫਤ ਬਿਜਲੀ ਚਾਹੇ ਆਟਾ ਦਾਲ ਸਕੀਮ ਅਸੀਂ ਪਹਿਲੀ ਕੈਬਨਿਟ ਮੀਟਿੰਗ 'ਚ ਕਰਦੇ ਰਹੇ ਉਹ ਵਾਲੇ ਕੰਮ ਸੋ ਸ਼੍ਰੋਮਣੀ ਅਕਾਲੀ ਦਲ ਸਰ ਅਕਾਲੀ ਦਲ ਤੁਸੀਂ ਕਹਿ ਰਹੇ ਹੋ ਮੁਫਤ ਬਿਜਲੀ ਵਾਲਾ ਤੁਸੀਂ ਗੱਲ ਕਹਿ ਰਹੇ ਹੋ ਸਬਸਿਡੀ ਵਾਲੀ ਗੱਲ ਕਹਿ ਰਹੇ ਹੋ ਸਰ PPA ਵਾਲਾ ਜਿਹੜਾ ਸਵਾਲ ਕਾਂਗਰਸ ਵਾਰ ਵਾਰ ਚੁੱਕਦੀ ਰਹੀ ਹੈ ਉਹਨ ਤੇ ਅਕਾਲੀ ਦਲ ਦਾ ਸਰ ਕਦੇ ਕੋਈ ਟੇਕ ਨਹੀਂ ਆਉਂਦਾ PPA ਰਿਵਿਊ ਹੋਣੇ ਚਾਹੀਦੇ ਕਿ ਨਹੀਂ ਹੋਣੇ ਚਾਹੀਦੇ ਉਹ ਤੇ ਅਕਾਲੀ ਦਲ ਬੋਲਦਾ ਹੀ ਕਿਉਂ ਨਹੀਂ KP ਜੀ ਬੜੀ ਲੌਜੀਕਲ ਗੱਲ ਹੈ ਕਿ ਉਸੇ ਜਿਹੜੇ ਤੁਸੀਂ ਐਗਰੀਮੈਂਟ ਕਹਿੰਦੇ ਹੋ ਉਹਨਾਂ ਤੇ ਅਸੀਂ 5 ਰੁਪਏ ਬਿਜਲੀ ਲੈਂਦੇ ਸੀਗੇ ਅਸੀਂ ਵੀ ਤਾਂ ਲੈ ਰਹੇ ਸੀ 5 ਰੁਪਏ ਬਿਜਲੀ ਹੁਣ 10 ਰੁਪਏ ਹੋ ਗਈ ਔਰ ਅਗਰ ਸਰਕਾਰ ਨੂੰ ਲੱਗਦਾ ਜਿੱਦਾਂ ਰਾਣਾ ਜੀ ਕਹਿੰਦੇ ਨੇ ਆਮ ਆਦਮੀ ਪਾਰਟੀ ਕਹਿੰਦੀ ਹੈ ਅਗਰ ਸਰਕਾਰ ਨੂੰ ਉਹਦੇ 'ਚ ਕੋਈ ਖਾਮੀਆਂ ਲੱਗਦੀਆਂ ਨੇ ਤਾਂ ਸਰਕਾਰ ਦੂਰ ਕਰੇ ਔਰ ਮੈਂ ਅੱਜ ਤੁਹਾਨੂੰ ਚੈਨਲ ਦੇ ਉੱਤੇ ਗੱਲ ਕਹਿਣਾ ਉਹਦੇ 'ਚ ਇੱਕ ਕਲੋਜ਼ ਸੀਗਾ ਉਹ 3 ਸਾਲ ਦੇ ਵਿੱਚ ਅਗਰ ਉਹ ਨਹੀਂ ਕਰਦੀਆਂ ਸੀ ਤਾਂ ਉਹ ਐਕਟ ਰਿਵਿਊ ਹੋ ਸਕਦੇ ਸੀ ਇਹਨਾਂ ਨੇ ਉਹ ਤੱਕ ਨਹੀਂ ਕੀਤਾ ਔਰ ਤੀਸਰੀ ਗੱਲ ਮੈਂ KP ਜੀ ਇੱਕ ਮਿੰਟ ਮੈਂ ਇਸ ਗੱਲ ਤੇ ਪਲੀਜ਼ ਥੋੜਾ ਟਾਈਮ ਲਊਂਗਾ ਬੋਲੋ ਬੋਲੋ ਜਿਹੜੀਆਂ ਗੱਲਾਂ ਆਪਾਂ ਇਹ ਗੱਲ ਕਹੀਏ ਕਿ ਜੀ ਆਹ ਨਹੀਂ ਕੀਤਾ ਮੈਂ ਤਾਂ ਦਾਅਵੇ ਨਾਲ ਉਰੇ ਬੈਠ ਕੇ ਕਹਿੰਦਾ ਕਿ ਪੰਜਾਬ ਲਈਏ ਕਿਸਾਨਾਂ ਲਈਏ ਜਿੰਨਾ ਕੁਛ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਤੁਸੀਂ ਇੱਕ ਦਿਨ ਦੀ ਡਿਬੇਟ ਰੱਖ ਲਓ ਮੈਂ ਪੁਆਇੰਟ ਵਾਈਜ਼ ਸ਼ੁਰੂ ਹੋ ਜਾਣਾ ਇਹ ਪਾਰਟੀਆਂ ਕੰਪੈਰੀਜ਼ਨ ਵੀ ਕਰਕੇ ਦਿਖਾ ਦੇਣ ਤਾਂ ਮੈਂ ਡਿਬੇਟ ਛੱਡ ਕੇ ਚਲਾ ਜਾਊਂਗਾ ਚਲੋ ਮੈਂ ਇੱਕ ਛੋਟਾ ਬ੍ਰੇਕ ਲੈਣਾ ਸਰ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਇਹਨਾਂ ਸਾਰਿਆਂ ਨੂੰ ਤੁਸੀਂ ਸੁਣ ਰਹੇ ਹੋ ਫੈਸਲਾ ਤੁਸੀਂ ਕਰਨਾ ਸਵਾਲ ਤੁਹਾਡੇ ਬਹੁਤ ਸਾਰੇ ਆ 4 ਸਾਲਾਂ ਦੇ ਵਿੱਚ ਇਹ 40 ਮਿੰਟ ਕੰਪਲੀਟ ਸਵਾਲਾਂ ਦੇ ਜਵਾਬ ਨਹੀਂ ਲੈ ਸਕਦੇ ਪਰ 4 ਸਾਲ ਦੇ ਵਿੱਚ ਪੰਜਾਬ ਅੱਗੇ ਹੁਣ ਕਿਹੜੇ ਸਵਾਲ ਬਾਕੀ ਹੈ ਇਹ ਸਵਾਲ ਤਾਂ ਲੈ ਜਾ ਸਕਦੇ ਹਾਂ ਵਾਪਸ ਆ ਰਿਹਾ ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਕੈਪਟਨ ਤੋਂ ਪਾਰਟੀ ਪੰਜਾਬੀ ਅਤੇ ਵਿਰੋਧੀ ਰਾਜਨੀਤੀ ਕਿੰਨੀ ਸੰਤੁਸ਼ਟ ਰਾਣਾ ਬਲਜੀਤ ਸਿੰਘ ਚਾਹਲ ਬਾਕੀ ਤਾਂ ਤੁਹਾਡੇ ਸਵਾਲ ਉੱਠਦੇ ਰਹਿਣਗੇ ਸਰ ਉਹਨਾਂ ਸਵਾਲਾਂ ਦੇ ਜਵਾਬ ਤੁਸੀਂ ਅਕਸਰ ਡਿਬੇਟਸ 'ਚ ਦਿੰਦੇ ਰਹਿਣਗੇ ਬਤੌਰ ਇੱਕ ਪਾਰਟੀ ਦੇ ਨੁਮਾਇੰਦੇ ਹੋਣ ਦੇ ਨਾਤੇ ਰਾਣਾ ਬਲਜੀਤ ਸਿੰਘ ਚਾਹਲ ਨੂੰ ਕੀ ਲੱਗਦਾ ਕਿਹੜਾ ਆਉਂਦਾ ਸਾਲ ਹੈ ਇਹਦੇ ਵਿੱਚ ਪੰਜਾਬ ਅੱਗੇ ਚੈਲੰਜ ਕਿਹੜੇ ਆ ਅਤੇ ਪੰਜਾਬ ਦੀ ਜਨਤਾ ਦੇ ਕਿਹੜੇ ਸਵਾਲਾਂ ਦੇ ਜਵਾਬ ਤੁਹਾਡੀ ਸਰਕਾਰ ਨੂੰ ਦੇਣੇ ਚਾਹੀਦੇ ਆ KP ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਇੱਧਰ ਟਿਵਾਣਾ ਸਾਹਿਬ ਦੀ ਇੱਕ ਗੱਲ ਦਾ ਜਵਾਬ ਦੇਣਾ ਚਾਹੁੰਦਾ ਕਿ ਜਦੋਂ ਅਸੀਂ ਕੋਈ ਵੀ ਪਾਰਟੀ ਦਾ ਏਜੰਡਾ ਲੈ ਕੇ ਆਉਂਦੇ ਹਾਂ ਜਿਵੇਂ ਇਹਨਾਂ ਨੇ ਗੱਲ ਕੀਤੀ ਸੀ ਕਿ ਅਸੀਂ PIP ਕਲਚਰ ਖਤਮ ਕਰਾਂਗੇ ਕੋਈ ਵੀ ਪਹਿਲ ਅਸੀਂ ਆਪਦੇ ਘਰ ਤੋਂ ਕਰਦੇ ਹਾਂ ਮੈਂ ਇਹਨਾਂ ਦੇ 7 MLA ਦੇ ਨਾਂ ਗਿਣਾ ਸਕਦਾ ਜਿਹੜੇ ਪਾਇਲਟਾਂ ਮੰਗਦੇ ਫਿਰਦੇ ਆ ਜਿਹੜੇ DGP ਕੋਲੇ ਕਹਿੰਦੇ ਫਿਰਦੇ ਆ ਵੀ ਸਾਨੂੰ ਆ ਵੈਪਨ ਦੇ ਦਿਓ ਪਿਸਤੌਲ ਪਿਸਟਲ ਦੇ ਦਿਓ ਸਾਨੂੰ ਜੀ ਕਾਰਬਾਈਨ ਤੇ ਹੈਗੀ ਆ AK-47 ਦੇ ਦਿਓ ਏਦਾਂ ਦੀਆਂ ਗੱਲਾਂ ਜਿੰਨਾ ਚਿਰ ਇਹ ਗੱਲਾਂ TV ਤੇ ਕਹਿਣ ਨਾਲ ਨਹੀਂ ਚੱਲਣੀਆਂ ਤੇ ਦੂਸਰੀ ਗੱਲ ਜਿਹੜਾ ਪੰਜਾਬ ਆ ਪੰਜਾਬ ਲਈ ਇਸ ਵਕਤ ਸਭ ਤੋਂ ਵੱਡੀ ਲੜਾਈ ਹੈ 3 ਕਾਲੇ ਕਾਨੂੰਨਾਂ ਨੂੰ ਲੈ ਕੇ ਕਿਉਂਕਿ ਕਾਲੇ ਕਾਨੂੰਨਾਂ ਤੋਂ ਬਾਅਦ ਜਿਵੇਂ ਹੁਣ FCI ਦਾ ਫਰਮਾਨ ਆ ਗਿਆ ਉਹ ਚੀਜ਼ਾਂ ਲਈ ਪੰਜਾਬ ਦੇ ਲੋਕਾਂ ਦੇ ਨਾਲ ਖੜ ਕੇ ਬਕਾਇਦਾ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਵੀ ਲੜਾਈ ਲੜ ਰਹੇ ਕਿਸਾਨਾਂ ਦੀ ਹੁਣ ਵੀ ਖੜ ਕੇ ਸਾਨੂੰ ਲੜਨ ਦੀ ਲੋੜ ਆ ਤੇ ਦੂਸਰੀ ਗੱਲ 1 ਸਾਲ ਬਾਅਦ ਜੋ ਲੋਕਾਂ ਨੇ ਫਤਵਾ ਦੇਣਾ ਕਿਸੇ ਪਾਰਟੀ ਦੇ ਹੱਕ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿਤੇ ਨਾ ਕਿਤੇ ਪਾਰਟੀ ਲੈਵਲ ਤੋਂ ਹਟ ਕੇ ਆਪਾਂ ਗੱਲ ਕਰ ਲਿਆ ਕਰੀਏ ਪੰਜਾਬ ਦੇ ਭਲੇ ਦੀ ਗੱਲ ਕਰ ਲਿਆ ਕਰੀਏ ਕਿਸਾਨ ਜਥੇਬੰਦੀਆਂ ਦੇ ਨਾਲ ਮੈਂ ਹਰੇਕ ਗੱਲ ਨਾਲ ਸਹਿਮਤ ਹਾਂ ਹਰੇਕ ਕਿਸਾਨ ਜਥੇਬੰਦੀ ਨੇ ਆਪਦੇ ਜ਼ਿਲ੍ਹਿਆਂ 'ਚ ਚੰਗੇ ਕੰਮ ਕੀਤੇ ਆ ਪਰ ਜਦੋਂ ਸਾਡਾ ਇੱਕ ਮੋਟਿਵ ਇੱਕ ਸਾਡਾ ਜਿਹੜਾ ਕਹਿ ਦਿੰਦੇ ਦੂਰ ਦ੍ਰਿਸ਼ਟੀ ਇੱਕ ਕੰਮ ਤੇ ਹੋਵੇ ਜੇ ਕਿਸਾਨਾਂ ਲਈ ਹੋਵੇ ਤਾਂ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਇੰਨੀਆਂ ਸਮੱਸਿਆਵਾਂ ਨਹੀਂ ਆਉਂਦੀਆਂ ਹਰਿਆਣੇ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਕੀ ਸੀ ਕਿਉਂਕਿ ਉਹ ਸ਼ੁਰੂ ਤੋਂ ਪੋਲੀਟੀਕਲ ਪਾਰਟੀਆਂ ਤੋਂ ਪਾਸੇ ਰਹੀਆਂ ਜੇ ਅੱਜ ਰਾਜੇਵਾਲ ਸਾਹਿਬ ਦੀ ਗੱਲ ਕਰੀਏ ਕਿਤੇ ਨਾ ਕਿਤੇ ਬਹੁਤ ਵਧੀਆ ਕੰਮ ਕਰ ਰਿਹਾ ਮੈਂ ਉਹਨਾਂ ਨੂੰ ਸਲਾਉਣਾ
ਪਰ ਉਹ ਕਿਸੇ ਟਾਈਮ ਦੇ ਵਿੱਚ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਜੁੜੇ ਸੀ। ਜਿੰਨਾ ਚਿਰ ਅਸੀਂ ਆਪਦੇ ਮੋਟਿਵ ਲਈ ਨਿਰਸਵਾਰਥ ਹੋ ਕੇ ਖੜਾਂਗੇ ਫਿਰ ਅਸੀਂ ਉਹਨਾਂ ਕਾਮਯਾਬੀਆਂ ਤੇ ਪਹੁੰਚ ਸਕਦੇ ਹਾਂ। ਅੱਧੇ ਤੋਂ ਜ਼ਿਆਦਾ ਮੈਂ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਦੱਸ ਦਿੰਦਾ, ਅੱਧੇ ਤੋਂ ਜ਼ਿਆਦਾ ਕਿਸਾਨ ਜਥੇਬੰਦੀਆਂ ਦੇ ਚੈਦਾਂ ਦੇ ਬੰਦੇ ਕਿਸਾਨ ਜਥੇਬੰਦੀਆਂ ਛੱਡ ਕੇ ਜਾਣਗੇ ਸਾਨੂੰ ਟਿਕਟਾਂ ਨਹੀਂ ਦਿੱਤੀਆਂ। ਜੇ ਕਿਤੇ ਇਹਨਾਂ ਦਾ ਪੋਲੀਟੀਕਲ ਫਾਈਟ ਦਾ ਕੋਈ ਮਨ ਹੋਇਆ ਉਹਨਾਂ ਦੀ ਮੈਂ ਤੁਹਾਨੂੰ ਦੂਜੇ ਸਰੂਪੇ ਪਾ ਦਿੱਤਾ। ਰਾਣਾ ਚੱਲ ਮੈਨੂੰ ਇਹ ਦੱਸ ਦਿਓ ਜਿਹੜੀ ਆਉਣ ਵਾਲੀਆਂ ਇਲੈਕਸ਼ਨ ਹੈ ਉਹ ਸੈਂਟੀਮੈਂਟਸ ਤੇ ਲੜੀਆਂ ਜਾਣਗੀਆਂ ਜਾਂ ਐਗਰੀਕਲਚਰ ਦੇ ਮੁੱਦੇ ਤੇ ਲੜੀਆਂ ਜਾਣਗੀਆਂ? ਐਗਰੀਕਲਚਰ ਬੇਸਿਸ ਦੇ ਉੱਪਰ ਇਲੈਕਸ਼ਨਸ ਲੜੀਆਂ ਜਾਣਗੀਆਂ ਜੀ। ਜੋ ਲੋਕਾਂ ਨਾਲ ਵਾਅਦੇ ਪੂਰੇ ਕੀਤੇ ਉਹ ਲੋਕਾਂ ਦੀ ਕਚਹਿਰੀ ਜਾ ਕੇ ਰੱਖੇ ਜਾਣਗੇ। ਠੀਕ ਹੈ ਟਵਾਣਾ ਸਾਹਿਬ। ਸਰ ਪਿਛਲੀ ਵਾਰ ਜਦੋਂ ਬੇਅਦਬੀ ਦਾ ਮੁੱਦਾ ਸੀਗਾ ਉਦੋਂ ਆਮ ਆਦਮੀ ਪਾਰਟੀ ਨੇ ਬਹੁਤ ਸ਼ੋਰ ਪਾਇਆ ਸੀਗਾ ਤੇ ਆਮ ਆਦਮੀ ਪਾਰਟੀ ਨੂੰ ਹੁਣ ਲੱਗਦਾ ਕਿ ਸੈਂਟੀਮੈਂਟਸ ਦੇ ਮੁੱਦੇ ਤੇ ਇਲੈਕਸ਼ਨ ਲੜੀਆਂ ਜਾਣਗੀਆਂ ਜਾਂ ਐਗਰੀਕਲਚਰ ਦੇ ਉੱਤੇ ਲੜੀਆਂ ਜਾਣਗੀਆਂ? ਦੇਖੋ ਮੁੱਦਾ ਤਾਂ ਹੁਣ ਐਗਰੀਕਲਚਰ ਦਾ ਹੀ ਹੈ ਪੰਜਾਬ ਦੇ ਵਿੱਚ, ਜਿਹੜਾ ਮੇਨ ਮੁੱਦਾ ਹੈ ਇਹ ਸਾਰੀਆਂ ਪਾਰਟੀਆਂ ਨੂੰ ਸਮਝ ਵਿੱਚ ਹੈ। ਪਰ ਪੰਜਾਬ ਦੇ ਲੋਕਾਂ ਨੇ ਇੱਕ ਇਹ ਵੀ ਫੈਸਲਾ ਕਰਨਾ ਹੈ ਵੀ ਕਿਸਾਨਾਂ ਨਾਲ ਧੋਖਾ ਕਿਹਨੇ ਕੀਤਾ ਹੈ, ਇਹ ਕਾਲੇ ਕਾਨੂੰਨਾਂ 'ਚ ਕਿਹਦੀ ਕਿਹਦੀ ਸਹਿਮਤੀ ਸੀ। ਮੈਂ ਇਹ ਵੀ ਲੋਕ ਫੈਸਲਾ ਕਰਨਗੇ ਹੁਣ, ਕਿਉਂਕਿ ਲੋਕਾਂ ਨੂੰ ਸਾਰਾ ਕੁਛ ਪਤਾ ਹੈ ਵੀ ਬਾਹਰ ਕੀ ਬੋਲਿਆ ਜਾਂਦਾ ਅੰਦਰ ਖਾਤੇ ਕੀ ਹੁੰਦਾ। ਮੈਂ ਦੁਬਾਰਾ ਦੋਸ਼ ਹੀ ਲਾਉਂਗਾ ਕਿਉਂਕਿ ਇਹ ਆਪਾਂ ਲੋਕਾਂ ਦੇ ਪਰੇ ਛੱਡਦੀ ਵੀ ਕੀ ਹੈ ਅਲਟੀਮੇਟ। ਟਾਣਾ ਸਾਹਿਬ ਵੈਸੇ ਮੈਂ ਤੁਹਾਨੂੰ ਦਿੱਲੀ ਵਾਲਾ ਸਵਾਲ ਲੈਣ ਤੋਂ ਮਨਾ ਕੀਤਾ ਸੀਗਾ, ਦਿੱਲੀ ਮਾਡਲ ਦੀ ਨਾ ਜ਼ਿਕਰ ਕਰੋ ਤੁਸੀਂ ਟਾਣਾ ਸਾਹਿਬ, ਪਰ ਇੱਥੇ ਜਦੋਂ ਤੁਸੀਂ ਕਿਸਾਨਾਂ ਦੀ ਗੱਲ ਕਰਦੇ ਹੋ ਨਾ ਉਦੋਂ ਦਿੱਲੀ ਦੀ ਵਿਧਾਨ ਸਭਾ ਦਾ ਸਵਾਲ ਤੁਹਾਡੇ ਤੋਂ ਵੀ ਕੀਤਾ ਜਾਊਗਾ ਟਾਣਾ ਸਾਹਿਬ। ਦਿੱਲੀ ਵਿਧਾਨ ਸਭਾ ਦਾ ਕੀ ਕਹਿੰਦਾ ਸੀ ਤਾਂ ਦਿੱਲੀ ਵਿਧਾਨ ਸਭਾ ਕਾਨੂੰਨ ਪਾੜੇ ਨੇ ਉਹ? ਹਾਂ ਪਾੜੇ ਹੀ ਆ ਨਾ, ਉਹ ਪੁੱਛਣਗੇ ਤੁਹਾਨੂੰ ਪਾੜ ਕੇ ਕੀ ਕਰਤਾ ਕਾਨੂੰਨ। ਨਹੀਂ ਅਸੀਂ ਦੇਖੋ ਇਹ ਜਿਹੜਾ ਐਗਰੀਕਲਚਰ ਦਾ ਮਸਲਾ ਇਹ ਪੰਜਾਬ ਰਿਲੇਟਡ ਮਸਲਾ ਹੈ, ਦਿੱਲੀ 'ਚ ਕੋਈ ਐਗਰੀਕਲਚਰ ਨਹੀਂ ਹੈਗੇ ਤੇ ਨਾ ਦਿੱਲੀ ਖੇਤੀ ਖੇਤੀ ਦਾ ਨਾਮ ਮਾਤਰ ਹੈ ਮੇਰੇ ਖਿਆਲ। ਚਲੋ ਖੇਤੀ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦਿੱਲੀ ਮਾਡਲ ਦਾ ਜ਼ਿਕਰ ਤਾਂ ਨਹੀਂ ਕਰੂਗੀ? ਆਮ ਆਦਮੀ ਪਾਰਟੀ ਦਾ ਦਿੱਲੀ ਖੇਤੀ ਬਾਰੇ ਤਾਂ ਕੋਈ ਮਾਡਲ ਹੈ ਨਹੀਂ, ਪਰ ਬਾਕੀ ਡਿਵੈਲਪਮੈਂਟ ਬਾਰੇ ਉਹਨਾਂ ਦੇ ਮਾਡਲ ਬੜੇ ਕਲੀਅਰ ਨੇ। ਚਲੋ ਠੀਕ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਕੇਜਰੀਵਾਲ ਨੇ 5 ਸਾਲ ਰਾਜ ਕਰਕੇ ਨਾ ਲੋਕਾਂ ਨੂੰ ਇਹ ਗੱਲ ਕਹੀ ਸੀ ਵੀ ਜੇ ਤਾਂ ਮੈਂ ਕੰਮ ਕੀਤਾ ਮੈਨੂੰ ਵੋਟ ਪਾ ਦਿਓ, ਨਹੀਂ ਮੈਨੂੰ ਬਿਲਕੁਲ ਨਾ ਵੋਟ ਪਾਇਓ। ਚਲੋ ਇਸ ਲੋਕਾਂ ਨੇ ਦੇਖ ਕੇ ਕੰਮ ਦੇਖ ਕੇ ਵੋਟ ਵੀ ਪਾਈ ਹੈ। ਚਲੋ ਕਿਸੇ ਪੰਜਾਬ ਦੇ ਲੀਡਰ ਇੰਨੀ ਜ਼ਰੂਰਤ ਹੈ ਵੀ ਖੜ ਕੇ ਗੱਲ ਇਹ ਕਹਿੰਦੇ ਵੀ ਹਾਂ ਮੈਂ ਜੇ ਮੈਂ ਕੰਮ ਕੀਤਾ ਤਾਂ ਮੈਨੂੰ ਵੋਟ ਪਾਇਓ? ਠੀਕ ਤਾਂ ਝੂਠੀਆਂ ਸੌ ਖਾ ਕੇ ਵੋਟਾਂ ਲਈ ਜਾਂਦੀਆਂ ਨੇ। ਠੀਕ ਹੈ ਅਸੀਂ ਕਲੀਅਰ ਅਕਾਲੀ ਠੀਕ ਹੈ ਸਰ ਠੀਕ ਹੈ ਸਰ ਕਲੀਅਰ ਸਾਹਿਬ, ਅਕਾਲੀ ਦਲ ਨੂੰ ਕੀ ਲੱਗਦਾ ਕਿਸ ਆਧਾਰ ਤੇ ਵੋਟਾਂ ਮੰਗੀਆਂ ਜਾਣੀਆਂ ਚਾਹੀਦੀਆਂ, ਕਿਉਂਕਿ 4 ਸਾਲ ਦੇ ਰਿਪੋਰਟ ਕਾਰਡ ਤੇ ਤੁਸੀਂ ਖੁਸ਼ ਨਹੀਂ ਹੈਗੇ? ਏਪੀ ਜੀ ਕਿਸੇ ਵੀ ਸੂਬੇ ਦੀ ਜਾਂ ਕਿਸੇ ਵੀ ਦੇਸ਼ ਦਾ ਜਿਹੜਾ ਚੁਣਾਵ ਹੈ ਉਹ ਹਮੇਸ਼ਾ ਗਵਰਨਮੈਂਟ ਦੀ ਪਰਫਾਰਮੈਂਸ ਤੇ ਹੁੰਦਾ, ਗਵਰਨਮੈਂਟ ਦੇ ਜੋ ਉਹਨੇ ਕੰਮ ਕੀਤੇ ਨੇ ਉਸ ਤੇ ਹੁੰਦਾ। ਔਰ ਪੰਜਾਬ ਦਾ ਚੁਣਾਵ ਵੀ ਜਿਹੜੇ ਝੂਠੇ ਵਾਅਦੇ ਸੀ ਔਰ ਉਹਦੇ ਚ ਖੇਤੀ ਜਿਹੜਾ ਗੱਲ ਅੱਜ ਖੇਤੀ ਵਿਸ਼ੇ ਦੀ ਹੋ ਰਹੀ ਹੈ ਕੇਪੀ ਜੀ, ਇਹ ਵੀ ਉਸ ਤੇ ਇੱਕ ਨੰਬਰ ਦੇ ਉੱਤੇ ਹੈ ਕਿਉਂਕਿ ਗੁਟਕਾ ਸਾਹਿਬ ਚੱਕ ਕੇ ਕਿਹਾ ਗਿਆ ਸੀ ਕਿ ਕਿਸਾਨਾਂ ਦਾ ਪੂਰਨ ਕਰਜ਼ਾ ਮਾਫ਼ ਹੋਊਗਾ, ਬੈਂਕ ਦਾ, ਆੜਤੀਆਂ ਦਾ, ਕੋਆਪਰੇਟਿਵ ਦਾ, ਜਿਹੜਾ ਕਿ ਬਿਲਕੁਲ ਨਹੀਂ ਹੋਇਆ। ਸੋ ਜੋ ਪੰਜਾਬ ਸਰਕਾਰ ਦੀ ਪਰਫਾਰਮੈਂਸ ਹੈ ਔਰ ਜੋ ਸ਼੍ਰੋਮਣੀ ਅਕਾਲੀ ਦਲ ਦਾ 10 ਸਾਲ ਦਾ ਕੰਮ ਹੈ ਚਾਹੇ ਕਿਸੇ ਵੀ ਖੇਤਰ ਦਾ, ਉਹਦੇ ਚ ਲੋਕਾਂ ਨੂੰ ਕੰਪੈਰੀਜ਼ਨ ਕਰਾ ਕੇ ਵੋਟਾਂ ਦੇ ਵਾਸਤੇ ਹੱਥ ਜੋੜ ਕੇ ਜਾਇਆ ਜਾਊਗਾ। ਤੁਸੀਂ ਕਹਿ ਰਹੇ ਹੋ ਕਲੀਅਰ ਸਰ, ਉਮੀਦ ਹੈ ਕਿ ਲੋਕ ਡਿਵੈਲਪਮੈਂਟ ਦੇ ਨਾਮ ਤੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਦੇ ਨਾਂ ਤੇ ਵੋਟ ਪਾਉਣਗੇ। ਕਲੀਅਰ ਸਾਹਿਬ, ਤੁਸੀਂ ਪਹਿਲਾਂ ਕਿਹਾ ਸੀਗਾ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ, ਤੁਸੀਂ ਕਹਿ ਰਹੇ ਹੋ ਪਰਫਾਰਮੈਂਸ ਦੇ ਆਧਾਰ ਤੇ ਵੋਟਾਂ ਪੈਣਗੀਆਂ, ਅਕਾਲੀ ਦਲ ਦੀ ਪਰਫਾਰਮੈਂਸ 10 ਸਾਲਾਂ ਦੀ ਤੇ 4 ਸਾਲ ਦੀ ਕੈਪਟਨ ਅਮਰਿੰਦਰ ਸਿੰਘ ਦੀ, ਹੁਣ 5 ਸਾਲ ਪੂਰੇ ਹੋ ਕੇ ਜਦੋਂ ਚੋਣਾਂ 'ਚ ਜਾਣਗੇ ਉਹ ਉਦੋਂ ਉਹਨਾਂ ਦੀ ਪਰਫਾਰਮੈਂਸ ਪੁੱਛੀ ਜਾਊਗੀ। ਕਲੀਅਰ ਸਾਹਿਬ, ਪਹਿਲਾਂ ਲੋਕ ਤੁਸੀਂ ਕਹਿ ਰਹੇ ਸੀ ਗੁੰਮਰਾਹ ਕੀਤਾ ਗਿਆ ਲੋਕਾਂ ਨੂੰ, ਬੇਅਦਬੀ ਵਾਲਾ ਸਵਾਲ ਸਰ ਹੁਣ ਤੁਹਾਡੇ ਤੋਂ ਪੁੱਛਿਆ ਜਾਊਗਾ ਵੀ ਇਨਸਾਫ ਮਿਲਿਆ ਜਾਂ ਨਹੀਂ ਮਿਲਿਆ, ਜਾਂ ਤੁਹਾਡੇ ਤੋਂ ਇਹ ਪੁੱਛਿਆ ਜਾਊਗਾ ਕਿ ਤੁਸੀਂ ਉਦੋਂ ਕਿਉਂ ਨਹੀਂ ਕੁਛ ਕੀਤਾ? ਕਲੀਅਰ ਸਾਹਿਬ, ਉਹਦਾ ਕੀ ਜਵਾਬ ਦਿਓਗੇ? ਮੈਂ ਇੱਕ ਗੱਲ ਬੜੀ ਸਪਸ਼ਟ ਕਰ ਦਿੰਦਾ ਕਿ 2017 ਦਾ ਜਿਹੜਾ ਚੋਣ ਸੀ ਪੰਜਾਬ ਦਾ ਉਹ ਡਿਵੈਲਪਮੈਂਟ ਤੇ ਲੜਿਆ ਹੀ ਨਹੀਂ ਗਿਆ, ਗੁਟਕਾ ਸਾਹਿਬ ਚੱਕ ਕੇ ਝੂਠੀ ਸਹੁੰ ਖਾ ਕੇ ਲੋਕਾਂ ਨੂੰ ਵਰਗਲਾਇਆ ਗਿਆ। ਔਰ ਲੋਕ ਪੰਜਾਬ ਦੇ ਸਹੁੰ ਸਭ ਤੋਂ ਵੱਡੀ ਚੀਜ਼ ਹੁੰਦੀ ਹੈ, ਜਿਹਨੇ ਗੁਰੂ ਦੀ ਸਹੁੰ ਖਾ ਲਈ ਲੋਕ ਉਹ ਤੇ ਵਿਸ਼ਵਾਸ ਕਰਦੇ ਨੇ, ਪਰ ਲੋਕਾਂ ਨੂੰ ਪਤਾ ਨਹੀਂ ਸੀ ਐਡਾ ਵੱਡਾ ਵਿਸ਼ਵਾਸਘਾਤ ਹੋਊਗਾ। ਸੋ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਵਿੱਚ ਜਾਊਗਾ ਔਰ ਆਪਣੇ ਕੀਤੇ ਹੋਏ ਕੰਮਾਂ ਦੇ ਬੇਸ ਤੇ ਜਾਊਗਾ, ਔਰ ਲੋਕ ਹੁਣ ਭਲੀ ਭਾਤੀ ਜਾਣਦੇ ਨੇ ਕਿ 10 ਸਾਲ ਪੰਜਾਬ ਕਿੱਥੇ ਪਹੁੰਚ ਗਿਆ ਸੀ ਔਰ ਅੱਜ ਕਾਂਗਰਸ ਨੇ ਬੈਕ ਗੇਅਰ ਲਾ ਕੇ ਫਿਰ ਦੁਬਾਰਾ ਪੰਜਾਬ ਨੂੰ 20 ਸਾਲ ਪਿੱਛੇ ਧੱਕਤਾ। ਠੀਕ ਹੈ ਪ੍ਰੋਫੈਸਰ ਮਨਜੀਤ ਸਿੰਘ, ਆਖਰੀ ਸਵਾਲ ਤੁਹਾਡੇ ਤੋਂ ਲੈ ਰਿਹਾ ਸਰ। ਪ੍ਰੋਫੈਸਰ ਮਨਜੀਤ ਸਿੰਘ, ਸਰ ਪੰਜਾਬ ਅੱਗੇ ਹੁਣ ਕਿਹੜੇ ਸਵਾਲ ਬਾਕੀ ਖੜੇ ਆ? 1 ਸਾਲ ਦਾ ਸਮਾਂ ਬਾਕੀ ਹੈ, 1 ਸਾਲ ਨੂੰ ਵੀ ਅਸੀਂ ਘੱਟ ਹੀ ਮੰਨ ਕੇ ਚੱਲਦੇ ਪਏ ਸਰ। ਦੇਖੋ ਜਿਹੜੇ ਸਵਾਲ ਅਸਲ ਮਾਨਿਆਂ ਦੇ ਵਿੱਚ ਹੈਗੇ ਆ, ਇੱਕ ਤੇ ਇਹ ਤੇ ਠੀਕ ਹੈ ਵੀ ਜਿਹੜੇ ਮਾਫੀਆ ਆ ਉਹ ਜੋ ਕਾਂਗਰਸ ਨੇ ਵਾਅਦਾ ਕੀਤਾ ਸੀ ਉਹਦੇ ਤੇ ਨਕੇਲ ਪਾਉਣ ਦੀ ਲੋੜ ਆ। ਰੇਤਾ ਦਾ ਤੇ ਲੀਕਰ ਦਾ
ਤੇ ਦੋਵੇਂ ਜਿਹੜੇ ਸਟੇਟ ਨੂੰ ਦੇਣੇ ਚਾਹੀਦੇ ਆ, ਚਾਰ ਪੈਸੇ ਵੀ ਬਚਣਗੇ, ਉਹ ਰੈਗੂਲੇਟ ਵੀ ਹੋਊਗਾ ਤੇ ਮਾਫੀਆ ਉਹਦੇ ਚੋਂ ਖਤਮ ਹੋਊਗਾ। ਇਸੇ ਤਰੀਕੇ ਨਾਲ ਇਹਨਾਂ ਨੇ ਵੈਸੇ ਤੇ ਟਰਾਂਸਪੋਰਟ ਮਾਫੀਆ ਦੀ ਵੀ ਗੱਲ ਕੀਤੀ ਸੀਗੀ, ਨਸ਼ਿਆਂ ਦੇ ਮਾਫੀਆ ਦੀ ਵੀ ਗੱਲ ਕੀਤੀ ਸੀ। ਨਸ਼ਾ ਤੇ ਖੈਰ ਅੱਗੇ ਨਾਲੋਂ ਕਿਸਾਨਾਂ ਦੀ ਮੂਵਮੈਂਟ ਵਿੱਚ ਆ ਕੇ ਅੱਗੇ ਨਾਲ ਲੋਕਾਂ 'ਚ ਡਰ ਵੀ ਪੈਦਾ ਹੋਇਆ, ਸ਼ਾਇਦ ਘਟਿਆ ਵੀ ਹੋਊਗਾ, ਹੁਣ ਉਹ ਤੇ ਰਿਸਰਚ ਦਾ ਸਵਾਲ ਹੈਗਾ। ਪਰ ਜਿਹੜੀ ਪ੍ਰਾਇਓਰਿਟੀ ਅਜੇ ਵੀ ਹੈਗੀ, ਖੇਤੀ ਨੂੰ ਬਚਾਉਣਾ, ਇੰਪਲਾਇਮੈਂਟ ਜਨਰੇਟ ਕਰਨੀ, ਸ਼ਹਿਰਾਂ ਦੇ ਛੋਟੇ ਕਾਰੋਬਾਰ ਨੂੰ ਬਚਾਉਣਾ ਤੇ ਵਿਦਿਆ ਤੇ ਜਿਹਨੂੰ ਸਿੱਖਿਆ ਤੇ ਸਿਹਤ, ਇਹ ਜਿਹੜੇ ਮੇਨ ਮੁੱਦੇ ਆ ਪੰਜਾਬ ਦੇ। ਜੇ ਅਸੀਂ ਖਾਸ ਕਰਕੇ ਸਿੱਖਿਆ ਔਰ ਸਿਹਤ ਦੇ ਉੱਤੇ ਜ਼ਿਆਦਾ ਧਿਆਨ ਦਿੰਦੇ ਹਾਂ ਤੇ ਅਸੀਂ ਬਹੁਤ ਸਾਰੇ ਸਾਡੇ ਸਟੂਡੈਂਟ ਜਿਹੜੇ ਵਿਦੇਸ਼ਾਂ ਨੂੰ ਚੱਲੇ ਜਾਂਦੇ ਆ ਉਹਨਾਂ ਨੂੰ ਇੱਥੇ ਰੱਖ ਸਕਦੇ ਹਾਂ ਤੇ ਉਹ ਪੈਸਾ ਸਾਡਾ ਸਾਡੇ ਸੂਬੇ ਦੇ ਵਿੱਚ ਇਨਵੈਸਟ ਹੋਊਗਾ, ਜਿਹੜਾ 50-60 ਹਜ਼ਾਰ ਕਰੋੜ ਰੁਪਇਆ ਬਾਹਰਲੇ ਵਿਦੇਸ਼ਾਂ 'ਚ ਜਾ ਕੇ ਦੇ ਦਿੱਤਾ ਅਸੀਂ ਸਰ, ਤੇ ਉਹ ਇੱਥੇ ਹੋਊਗਾ, ਸਾਨੂੰ ਕੋਈ ਆਈਲੈਟਸ ਜਾਂ ਹੋਰ ਵਗੈਰਾ ਉਹਦੇ ਜਿਹੜੇ ਐਗਜ਼ਾਮ ਦੇਣ ਦੀ ਲੋੜ ਨਹੀਂ ਹੈ। ਪਰ ਮੈਂ ਇੱਥੇ ਇੱਕ ਗੱਲ ਜ਼ਰੂਰ ਕਹਿਣਾ ਕਿ ਇਹ ਜਿੰਨੀਆਂ ਪਾਰਟੀਆਂ ਮੈਦਾਨ 'ਚ ਉਤਰਦੀਆਂ, ਕਿਸਾਨ ਸਿੰਘੂ ਟਿੱਕਰੀ ਦੇ ਗਾਜ਼ੀਪੁਰ ਬਾਰਡਰ ਤੇ ਬੈਠੇ ਆ, ਅਜੇ ਵੀ ਉਹ ਤੇ ਧੁੱਪ ਦਾ ਇੰਤਜ਼ਾਰ ਕਰ ਰਹੇ ਆ ਕਿ ਵੀ ਉਹਦੇ ਤੋਂ ਬਚਣਾ, ਕੋਈ ਟਿਊਬਲ ਲੱਗ ਰਿਹਾ, ਕੁਝ ਵਾਟਰ ਕੂਲਰ ਉੱਥੇ ਪਹੁੰਚ ਰਿਹਾ। ਇਹ ਇੱਥੇ ਚਾਂਬੜਾਂ ਪਾਉਂਦੇ ਫਿਰਦੇ ਆ ਕਿ ਅਸੀਂ ਕਿਹਨੂੰ ਕੈਂਡੀਡੇਟ ਖੜਾ ਕਰਨਾ, ਕਿਹਨੂੰ ਕਿੱਥੋਂ ਕਰਨਾ, ਉਹ ਕਹਿੰਦਾ ਮੈਨੂੰ ਕਰੋ, ਉਹ ਮੈਨੂੰ ਕਰੋ। ਇਹ ਇੱਕ ਆਪਣੇ ਆਪ 'ਚ ਹੀ ਦੱਸਦਾ ਆ ਕਿ ਜਿਹੜੀ ਸੱਤਾ ਪਾਰਟੀਆਂ ਆ ਉਹਨਾਂ ਨੂੰ ਸੱਤਾ ਪਿਆਰੀ ਆ, ਲੋਕ ਪਿਆਰੇ ਨਹੀਂ ਆ, ਉਹਦੇ ਲਈ ਉਹਨਾਂ ਨੇ ਦੰਗਲਬਾਜ਼ੀ ਸ਼ੁਰੂ ਕਰਤੀ। ਪ੍ਰਸਮਨ ਜੀ ਸਾਹਿਬ ਇੱਕ ਸਵਾਲ ਦਾ ਜਵਾਬ ਦਿਓ ਸਰ, ਇੱਕ ਸਵਾਲ ਦਾ ਜਵਾਬ ਦਿਓ। ਤੁਹਾਨੂੰ ਇਹ ਤਾਂ ਨਹੀਂ ਲੱਗਦਾ ਕਿ ਸਿਆਸੀ ਪਾਰਟੀਆਂ ਕਿਸਾਨ ਸੰਘਰਸ਼ ਤੋਂ ਆਪਦੇ ਆਪ ਨੂੰ ਖੌਫ ਜ਼ਿਆਦਾ ਸਮਝਦੀਆਂ ਪਈਆਂ, ਫਸੀਆਂ ਪਈਆਂ ਵੀ ਅਸੀਂ ਜਵਾਬ ਕੀ ਦੇਵਾਂਗੇ? ਨਹੀਂ, ਬਿਲਕੁਲ ਚਾਹੀਦਾ ਤੇ ਇਹ ਹੈ ਨਾ, ਦੇਖੋ ਵੋਟਾਂ ਦੇ ਲੋਕਾਂ ਨੇ ਪਾਉਣੀਆਂ ਹੀ ਪਾਉਣੀਆਂ। ਇਹ ਮੈਂ ਤੇ ਕਿੰਨੇ ਮਹੀਨਿਆਂ ਦਾ ਕਹਿ ਰਿਹਾ ਕਿ ਡਟ ਕੇ ਕਿਸਾਨਾਂ ਦੇ ਨਾਲ ਖੜੇ ਹੋਣ, ਇੱਥੇ ਜਲਸੇ ਜਲੂਸ ਮਜ਼ਾਰੇ ਵੱਡੇ ਵੱਡੇ ਉਹਨਾਂ ਦੇ ਹੱਕ 'ਚ ਕਰਨ, ਪਾਰਟੀਆਂ ਦੇ ਝੰਡਿਆਂ ਥੱਲੇ ਕਰਨ। ਕਿਸਾਨ ਰੋਕਦੇ ਆ ਇਹਨਾਂ ਨੂੰ, ਕਿਹੜਾ ਰੋਕਦਾ? ਜੇ ਪ੍ਰਿਅੰਕਾ ਗਾਂਧੀ ਰੈਲੀਆਂ ਕਰੀ ਜਾਂਦੀ ਆ ਜਾਂ ਚੌਧਰੀ ਉੱਥੇ ਜੈਨ ਚੌਧਰੀ ਕਰੀ ਜਾਂਦਾ ਤੇ ਇਹਨਾਂ ਨੂੰ ਕੌਣ ਰੋਕਦਾ? ਇਹਦੇ ਵੋਟਾਂ ਮੰਗਣੀਆਂ ਸ਼ੁਰੂ ਕਰਤਾ, ਕਿਹਨੇ ਕਿੱਥੋਂ ਖੜਾ ਹੋਣਾ, ਕਿਹਨੇ ਕਿੱਥੋਂ ਖੜਾ ਹੋਣਾ, ਤੁਸੀਂ ਪ੍ਰੋਗਰਾਮ ਕਿਹੜਾ ਆਊਗਾ, ਕਿਹਨੇ ਐਤੀ ਵੱਡੀ। ਮੈਨੂੰ ਇਹ ਦੱਸਣ, ਤਿੰਨੇ ਪਾਰਟੀਆਂ ਬੈਠੇ ਆ ਸਾਡੇ ਵੀਰ, ਮੈਨੂੰ ਇਹਨਾਂ ਦਾ ਕੋਈ ਕਸੂਰ ਨਹੀਂ ਆ, ਇਹ ਤੇ ਸਪੋਕਸਮੈਨ ਹੈਗੇ ਆ। ਕਿਹੜਾ ਮੈਨੀਫੈਸਟੋ 'ਚ ਘੱਟ ਵਾਅਦੇ ਸੀਗੇ ਜੀ, ਸਾਨੂੰ ਦੱਸੋ। ਅਕਾਲੀ ਦਲ ਦਾ ਮੈਨੀਫੈਸਟੋ ਦੇਖ ਲਓ, ਆਮ ਆਦਮੀ ਪਾਰਟੀ ਦਾ ਦੇਖ ਲਓ, ਉਹਦੇ 'ਚ ਠੀਕ ਆ, ਦੂਜੇ ਢੰਗ ਨਾਲ ਸੀ, ਕਿਉਂਕਿ ਹੁਣ ਇਹ ਰਾਜ ਕਰਦੇ ਆ ਗਏ ਆ, ਇਸ ਕਰਕੇ ਇਹਨਾਂ ਨੂੰ ਤੇ ਲੋਕ ਪੁੱਛਣਗੇ ਹੀ ਪੁੱਛਣਗੇ, ਪਰ ਵਾਅਦੇ ਉਹਨਾਂ 'ਚ ਵੀ ਨਹੀਂ ਸੀਗੇ ਘੱਟ ਹੈਗੇ ਸਰ। ਪਰਫਾਰਮੈਂਸ ਦੇ ਨਾਮ ਤੇ ਵੋਟਾਂ ਪੈਂਦੀਆਂ ਪ੍ਰਸਮਜੀਤ ਸਿੰਘ, ਲੋਕ ਭੁੱਲ ਤਾਂ ਨਹੀਂ ਜਾਂਦੇ, ਕੈਪਟਨ ਦਾ ਨੌਂ ਨਕਾਤੀ ਏਜੰਡਾ ਭੁੱਲ ਤਾਂ ਨਹੀਂ ਜਾਣਗੇ, ਜਿਹੜਾ ਹੁਣ ਸੱਤ ਸੂਤਰੀ ਏਜੰਡਾ ਰੱਖਿਆ ਉਹ ਭੁੱਲ ਤਾਂ ਨਹੀਂ ਜਾਣਗੇ। ਮੈਂ ਕਿਹਾ ਕੱਲਾ ਇਹਨਾਂ ਦੇ ਨਹੀਂ ਨੌਂ ਨਕਾਤੀ ਨੂੰ ਪੁੱਛਣਗੇ, ਬਾਕੀ ਦੇਣ ਵੀ ਪੁੱਛਣਗੇ ਵੀ ਜਿਹੜਾ ਤੁਸੀਂ ਹੋਰ ਸੰਤਾ ਕਲਾਜ ਦਾ ਵੱਡਾ ਬੈਗ ਚੱਕ ਕੇ ਲਿਆਇਆ, ਇਹਦੇ ਵਿੱਚ ਕਿੰਨਾ ਕੁ ਝੂਠ ਹੈ, ਕਿੰਨਾ ਕੁ ਅਸਲੀਅਤ ਹੈਗੀ ਆ ਗੱਫੇ ਦੇਣ ਦਾ, ਉਹ ਵੀ ਲੋਕ ਪੁੱਛਣਗੇ। ਹਾਂਜੀ, ਚਲੋ, ਬਹੁਤ ਧੰਨਵਾਦ ਪ੍ਰਸਮਜੀਤ ਸਿੰਘ। ਰਾਣਾ ਬਾਜੀ ਚੱਲ, ਤੁਹਾਡਾ ਬਹੁਤ ਧੰਨਵਾਦ। ਟਵਾਣਾ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਰਜੀਤ ਸਿੰਘ ਕਲੇਅਰ, ਤੁਹਾਡਾ ਬਹੁਤ ਧੰਨਵਾਦ। ਕੈਪਟਨ ਦੀ ਸਰਕਾਰ ਚੋਣ ਵਾਲਾ ਪੰਜਾਬ ਹੁਣ ਕੀ ਚਾਹੁੰਦਾ, ਇਹ ਸਵਾਲ ਬੜਾ ਮਹੱਤਵਪੂਰਨ ਆ ਅਤੇ ਪੰਜਾਬ ਫੈਸਲਾ ਕਰੇਗਾ 4 ਸਾਲ ਦੇ ਰਿਪੋਰਟ ਕਾਰਡ ਦੇ ਉੱਤੇ ਰਾਜਨੀਤੀ ਕਿਹੋ ਜਿਹੀ ਹੋ ਰਹੀ ਹੈ ਅਤੇ ਜ਼ਮੀਨ 'ਤੇ ਕੀ ਹੈਗਾ। 5 ਸਾਲ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੀ ਕੀਤਾ ਸੀਗਾ ਅਤੇ ਖੇਤੀ ਕਾਨੂੰਨ ਦਾ ਜਿਹੜਾ ਵੱਡਾ ਸੰਘਰਸ਼ ਆ ਉਸਦਾ ਨਤੀਜਾ ਕੀ ਨਿਕਲਦਾ, ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਤੈਅ ਹੋਊਗੀ ਅਤੇ ਜਿਹੜੀ ਪਾਰਟੀ ਇਸ ਵਕਤ ਰਾਜ ਕਰ ਰਹੀ ਹੈ ਉਹਦੀ ਪਰਫਾਰਮੈਂਸ ਵੀ ਪੁੱਛੀ ਜਾਊਗੀ ਅਤੇ ਉਹਨਾਂ ਤੋਂ ਕਿਸਾਨ ਇਹ ਵੀ ਪੁੱਛਣਗੇ ਤੁਸੀਂ ਸਾਡੇ ਲਈ ਕੀ ਕੀਤਾ, ਕਿਉਂਕਿ ਹੁਣ ਮਸਲਾ ਕੇਂਦਰ ਦੇ ਨਾਲ ਹੈ, ਬਾਅਦ 'ਚ ਸੂਬੇ ਦੇ ਵਿੱਚ ਆ ਕੇ ਸੂਬੇ ਦੀਆਂ ਪਾਰਟੀਆਂ ਨੂੰ ਵੀ ਇਹ ਕਿਸਾਨ ਸਵਾਲ ਕਰਨਗੇ ਅਤੇ ਉਦੋਂ ਜਵਾਬ ਕੀ ਹੋਵੇਗਾ। ਇਹੀ ਸਵਾਲ ਹੈ ਮਹੱਤਵਪੂਰਨ ਅਤੇ ਪੰਜਾਬ ਅੱਗੇ ਹੁਣ ਇਹ ਸਵਾਲ ਖੇਤੀ ਨਾਲ ਜੁੜੇ ਹੋਏ ਆ ਅਤੇ ਖੇਤੀ ਨਾਲ ਜੁੜੇ ਹੋਏ ਸਵਾਲਾਂ 'ਤੇ ਹੀ ਅਗਲੀਆਂ ਇਲੈਕਸ਼ਨਸ ਹੋਣ ਦੀ ਸੰਭਾਵਨਾ, ਉਸ ਦੇ ਵਿਚਾਲੇ ਸਿਆਸਤ ਕੋਈ ਹੋਰ ਸ਼ਗੂਫਾ ਨਾ ਛੱਡ ਦੇਵੇ ਇਹ ਸਾਨੂੰ ਪਤਾ ਨਹੀਂ, ਪਰ ਫਿਲਹਾਲ ਜੋ ਸੰਭਾਵਨਾ ਉਹ ਖੇਤੀ ਕਾਨੂੰਨਾਂ 'ਤੇ ਜਾਂ ਖੇਤੀਬਾੜੀ 'ਤੇ ਆਧਾਰਿਤ ਵੋਟਾਂ ਪੈਣਗੀਆਂ। ਪੰਜਾਬ ਦੀ ਰਾਜਨੀਤੀ ਖੇਤੀ 'ਤੇ ਨਿਰਭਰ ਕਰਦੀ ਹੈ ਇਸ ਵਕਤ। ਬਹੁਤ ਧੰਨਵਾਦ।